हेलो एवरीवन, गिल्स मेंटोर ई-लर्निंग प्लेटफॉर्म ਤੁਹਾਡਾ ਸਵਾਗਤ ਹੈ। ਅੱਜ ਆਪਾਂ ਤੁਹਾਡੇ ਸਾਹਮਣੇ ਆਪਣਾ ਸੈਟ ਨੰਬਰ 2 ਲੈ ਕੇ ਹਾਜ਼ਰ ਹੋਏ ਹਾਂ। ਠੀਕ ਹੈ, ਆਪਾਂ PPSC ਟੈਸਟ ਡਿਸਕਸ਼ਨ ਕਰ ਰਹੇ ਹਾਂ। ਇਸ ਸੀਰੀਜ਼ ਵਿੱਚ ਆਪਾਂ ਟੈਸਟ ਡਿਸਕਸ਼ਨ ਯਾਨੀ ਕਿ ਆਪਾਂ ਤੁਹਾਡੇ ਤੋਂ ਕੁਐਸਚਨ ਪੁੱਛ ਰਹੇ ਹਾਂ, ਤੁਹਾਨੂੰ ਕੁਝ ਸਮਾਂ ਦੇ ਰਹੇ ਹਾਂ, ਉਸ ਤੋਂ ਬਾਅਦ ਤੁਹਾਨੂੰ ਮੈਂ ਆਨਸਰ ਦੱਸਾਂਗਾ ਤੇ ਉਹਨੂੰ ਮੈਂ ਪ੍ਰੋਪਰ ਡਿਸਕਸ਼ਨ ਕਰਾਂਗਾ ਕਿ ਇਸ ਕੁਐਸਚਨ ਵਿੱਚ ਆਪਾਂ ਕਿਸ ਤਰ੍ਹਾਂ ਦੇ ਕੁਐਸਚਨ ਪੁੱਛੇ ਜਾ ਸਕਦੇ ਨੇ, ਇਸ ਕੁਐਸਚਨ ਤੋਂ ਆਪਾਂ ਕੀ ਸਮਾ ਸਕਦੇ ਹਾਂ, ਯਾਨੀ ਕਿ ਜੇ ਆਪਾਂ ਨੂੰ ਇਹ ਕੁਐਸਚਨ ਨਹੀਂ ਆ ਰਿਹਾ ਤੇ ਕਿਉਂ ਨਹੀਂ ਆ ਰਿਹਾ, ਇਹਦਾ ਕੀ ਰੀਜ਼ਨ ਹੈ ਇਹਦੇ ਪਿੱਛੇ, ਤਾਂ ਉਹਨੂੰ ਵੀ ਮੈਂ ਤੁਹਾਡੇ ਨਾਲ ਡਿਸਕਸ ਕਰ ਰਿਹਾ। ਯਾਨੀ ਕਿ ਟੈਸਟ ਡਿਸਕਸ਼ਨ ਦਾ ਮਤਲਬ ਇਹ ਹੈ ਕਿ ਤੁਹਾਨੂੰ ਪ੍ਰੀਪੇਅਰ ਕਰ ਰਿਹਾ ਕਿ ਜਿਹੜਾ ਤੁਹਾਡਾ ਆਉਣ ਵਾਲਾ ਐਗਜ਼ਾਮ ਹੈ ਨੈਪ ਤਹਿਸੀਲਦਾਰ ਦਾ, ਉਹਦੇ ਲਈ ਤੁਸੀਂ ਪ੍ਰੀਪੇਅਰ ਹੋ ਜਾਓ। ਤਾਂ ਰੋਜ਼ 12 ਵਜੇ, ਮੈਂ ਫੇਰ ਕਹਿ ਦਵਾਂ, ਰੋਜ਼ 12 ਵਜੇ ਤੁਹਾਨੂੰ ਸੈਸ਼ਨ ਦੇਖਣ ਨੂੰ ਮਿਲੇਗਾ। ਤੁਸੀਂ ਜ਼ਰੂਰ ਲਗਾਣੇ ਨੇ, ਪ੍ਰੈਜੈਂਟ ਰਹਿਣਾ, ਆਪਣੀ ਮਤਲਬ ਤੁਸੀਂ ਹਾਜ਼ਰੀ ਦੇਣੀ ਹੈ। ਮੈਂ ਬੱਚਿਆਂ ਨੂੰ ਕਾਊਂਟ ਕਰ ਰਿਹਾ ਕਿ ਜਿਹੜੇ ਬੱਚੇ ਲਗਾ ਰਹੇ ਨੇ ਉਹਨਾਂ ਨੂੰ ਫ੍ਰੀ ਸਟੱਡੀ ਮਟੀਰੀਅਲ ਦਿੱਤਾ ਜਾਏਗਾ ਤੇ ਉਹਨਾਂ ਨੂੰ ਪ੍ਰੋਪਰਲੀ ਅਸੀਂ ਟੈਸਟ ਸੀਰੀਜ਼ ਫ੍ਰੀ ਪ੍ਰੋਵਾਈਡ ਕਰਾਂਗੇ। ਜਿਹੜੇ ਬੱਚੇ ਪ੍ਰੈਜੈਂਟ ਹੋਣਗੇ ਉਹਨਾਂ ਨੂੰ ਮੈਂ ਦੇਖਾਂਗਾ, ਉਹਨਾਂ ਨੂੰ ਮੈਂ ਲਿਸਟ ਆਊਟ ਕਰਾਂਗਾ ਤੇ ਉਹਨਾਂ ਨੂੰ ਪ੍ਰੋਪਰਲੀ ਅਸੀਂ ਸਟੱਡੀ ਮਟੀਰੀਅਲ ਤੇ ਟੈਸਟ ਸੀਰੀਜ਼ ਦਵਾਂਗੇ। ਸੋ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹਾਂ ਕਿ ਪੰਜਾਬ ਪੁਲਿਸ ਦਾ ਬੈਚ ਸਟਾਰਟ ਹੋ ਚੁੱਕਾ ਹੈ। 1 ਅਪ੍ਰੈਲ ਤੋਂ ਇਹ ਕਲਾਸਿਸ ਸਟਾਰਟ ਹੋਣਗੀਆਂ, ਜਿਨ੍ਹਾਂ ਬਾਰੇ ਅਸੀਂ ਡੈਮੋ ਕਲਾਸਿਸ ਤੁਸੀਂ ਦੇਖ ਹੀ ਰਹੇ ਹੋਵੋਗੇ, ਆਪਾਂ ਤੁਹਾਨੂੰ YouTube ਤੇ ਦੇ ਹੀ ਰਹੇ ਹਾਂ। ਠੀਕ ਹੈ, YouTube ਤੇ ਅਸੀਂ ਦੇਖ ਰਹੇ ਹੋਵੋਗੇ। ਬਾਅਦ ਵਿੱਚ ਇਹ ਕਲਾਸਿਸ ਮੈਂ ਫੇਰ ਕਹਿ ਦਵਾਂ ਪੂਰੋ ਦੀ ਚੱਲੀ ਜਾਣਗੀਆਂ, ਲਾਈਵ ਕਲਾਸਿਸ ਫੇਰ ਐਪ ਤੇ ਲੱਗਣਗੀਆਂ। ਜਿਨ੍ਹਾਂ ਬੱਚੇ ਨੇ ਹਲੇ ਤੱਕ ਸਾਡਾ ਬੈਚ ਨਹੀਂ ਜੁਆਇਨ ਕੀਤਾ ਉਹ ਜੁਆਇਨ ਕਰ ਸਕਦੇ ਨੇ। ਲਾਈਵ ਕਲਾਸਿਸ ਪਲੱਸ PDFs ਨੇ, ਇਸ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਬਾਅਦ ਵਿੱਚ ਰਿਕਾਰਡਡ ਕਲਾਸਿਸ ਨਹੀਂ ਮਿਲਣਗੀਆਂ। 100% ਤੁਹਾਨੂੰ ਰਿਕਾਰਡਡ ਕਲਾਸਿਸ ਮਿਲ ਜਾਣਗੀਆਂ, ਤੁਸੀਂ ਕਦੇ ਵੀ ਜਦੋਂ ਮਰਜ਼ੀ ਤੁਸੀਂ ਦੇਖ ਸਕਦੇ ਹੋ, ਤੁਹਾਨੂੰ ਕੋਈ ਵੀ ਪ੍ਰੋਬਲਮ ਨਹੀਂ ਆਏਗੀ। ਕਈ ਬੱਚੇ ਕੋਈ ਮਤਲਬ ਨੌਕਰੀ ਕਰਦੇ ਨੇ, ਪ੍ਰਾਈਵੇਟ ਜੌਬ ਕਰਦੇ ਨੇ, ਤਾਂ ਉਹਨਾਂ ਨੂੰ ਪ੍ਰੋਬਲਮ ਆ ਸਕਦੀ ਹੈ, ਤਾਂ ਉਹਨਾਂ ਲਈ ਅਸੀਂ ਸਪੈਸ਼ਲ ਉਹਨਾਂ ਨੂੰ ਕਿਹਾ ਹੈ ਕਿ ਜੇ ਤੁਸੀਂ ਲਾਈਵ ਕਲਾਸ ਮਿਸ ਕਰ ਦਿੰਦੇ ਹੋ ਤਾਂ ਬਾਅਦ ਵਿੱਚ ਤੁਸੀਂ ਉਹ ਪ੍ਰੋਪਰਲੀ ਕਲਾਸ ਲਗਾ ਸਕਦੇ ਹੋ। ਤੁਹਾਨੂੰ ਵਿਦ ਨੋਟਸ ਮਿਲਣਗੇ, ਤੁਹਾਨੂੰ ਕੋਈ ਹੋਰ ਨੋਟਸ ਲੈਣ ਦੀ ਲੋੜ ਨਹੀਂ ਹੈ। ਟੈਸਟ ਸੀਰੀਜ਼ ਵਿੱਚ ਇਨਕਲੂਡ ਰਹੇਗੀ, ਤਾਂ ਮੈਂ ਪਹਿਲੀ ਦੱਸਵਾਂ ਤੇ ਤੁਸੀਂ ਕਰਨਾ ਕੀ ਹੈ, ਐਪ ਨੂੰ ਡਾਊਨਲੋਡ ਕਰ ਲਓ, ਉਹਦੇ ਸਟੋਰ ਆਪਸ਼ਨ ਵਿੱਚ ਜਾਣਾ। ਸੈਕਿੰਡ ਜਾਂ ਥਰਡ ਤੁਹਾਨੂੰ ਬੈਚ ਦੇਖਣ ਨੂੰ ਮਿਲ ਜਾਏਗਾ, 999 ਦਾ ਬੈਚ ਰੱਖਿਆ, ਬਹੁਤ ਘੱਟ ਪ੍ਰਾਈਸ ਰੱਖਿਆ ਸੀ, ਇਹਨੂੰ ਤੁਸੀਂ ਜੁਆਇਨ ਕਰ ਸਕਦੇ ਹੋ। ਈਵਨ ਤੁਸੀਂ ਇੰਸਟਾਲਮੈਂਟ ਬੇਸ ਤੇ ਵੀ ਜੁਆਇਨ ਕਰ ਸਕਦੇ ਹੋ, ਜਿਹੜੇ ਬੱਚੇ ਇੱਕਦਮ ਪੇਮੈਂਟ ਨਹੀਂ ਦੇ ਸਕਦੇ ਉਹ ਇੰਸਟਾਲਮੈਂਟ ਬੇਸ ਤੇ ਵੀ ਦੇ ਸਕਦੇ ਨੇ। ਡਨ, ਓਕੇ। ਸੋ ਉਸ ਤੋਂ ਇਲਾਵਾ GK ਮਾਪੈਕ, ਇਹ ਸਾਰੇ ਟੈਸਟ ਸੀਰੀਜ਼ ਯਾਨੀ ਕਿ ਜਿੰਨੇ ਵੀ ਐਗਜ਼ਾਮ ਹੋਣੇ ਨੇ ਪੰਜਾਬ ਦੇ ਉਹਨਾਂ ਲਈ ਤੁਹਾਨੂੰ ਅਸੀਂ ਅਵੇਲੇਬਲ ਕਰਾ ਰਹੇ ਹਾਂ, ਤੁਸੀਂ ਲੈ ਸਕਦੇ ਹੋ। ਜੇ ਤੁਹਾਨੂੰ ਕੋਈ ਵੀ ਪ੍ਰੋਬਲਮ ਆਵੇ ਇਸ ਪੈਕ ਨੂੰ ਲੈਣ ਵਿੱਚ, ਤੁਸੀਂ ਸਾਨੂੰ ਕਾਲ ਕਰ ਸਕਦੇ ਹੋ, ਐਪ ਤੁਹਾਨੂੰ ਅਸੀਂ ਇਹ ਪ੍ਰੋਵਾਈਡ ਕਰ ਰਹੇ ਹਾਂ। ਦੈਨ ਜੇ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਕੋਈ ਵੀ ਟੌਪਿਕ ਨੂੰ ਲੈ ਕੇ ਤੁਸੀਂ ਸਾਰੇ ਡਿਸਕਸ ਕਰੋ। ਤੁਹਾਨੂੰ ਅਸੀਂ VR MCQs ਪ੍ਰੋਵਾਈਡ ਕਰ ਰਹੇ ਹਾਂ। ਅਸੀਂ GK ਮਾਪ ਹੈ, ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਅਸੀਂ ਤੁਹਾਨੂੰ �₹300 ਚ ਪ੍ਰੋਵਾਈਡ ਕਰ ਰਹੇ ਹਾਂ। ਦੈਨ ਬਹੁਤ ਹੀ ਘੱਟ ਪ੍ਰਾਈਸ ਰੱਖਿਆ, ਯਾਨੀ ਕਿ ਅਸੀਂ ਜਿਹੜੇ ਵੀ ਐਗਜ਼ਾਮਸ ਨੇ, PPSC ਐਗਜ਼ਾਮਸ ਨੇ, PSSB ਦੇ ਨੇ, SSC ਦੇ ਨੇ, NTPC ਦੇ ਨੇ, ਸਾਰੇ ਇਸ ਵਿੱਚ ਕਵਰ ਹੋਣਗੇ। ਡਨ, ਓਕੇ। ਟੌਪਿਕ ਵਾਈਜ਼ ਸਮਝ ਰਹੇ ਹੋ ਕਿ ਜਿਵੇਂ ਤੁਹਾਨੂੰ ਮੈਂ ਪੋਲਿਟੀ ਦੇ ਅਲੱਗ ਟੈਸਟ ਹੈ, ਉਹਦੇ ਸਟੱਫ ਟੌਪਿਕਸ, ਠੀਕ ਹੈ, ਜਿਵੇਂ ਫੰਡਾਮੈਂਟਲ ਰਾਈਟਸ, ਠੀਕ ਹੈ, ਉਹਦੇ ਅਲੱਗ ਟੈਸਟ ਹੋਣਗੇ, DPSP ਦੇ ਅਲੱਗ ਟੈਸਟ ਹੋਣਗੇ। ਇਸੇ ਤਰੀਕੇ ਨਾਲ ਅਸੀਂ ਸਾਰੇ ਸਬਜੈਕਟਸ ਦੇ ਕਵਰ ਕਰਕੇ ਚੱਲਾਂਗੇ। ਸੋ ਅੱਜ ਦਾ ਪਹਿਲਾ ਕੁਐਸਚਨ, ਤਿਆਰ ਹੋ ਜਾਓ, ਆਪਣੇ ਆਪ ਨੂੰ ਪ੍ਰੀਪੇਅਰ ਕਰ ਲਓ। ਮੈਨੂੰ ਹਮੇਸ਼ਾ ਕਮੈਂਟ ਸੈਕਸ਼ਨ ਵਿੱਚ ਆਨਸਰ ਚਾਹੀਦਾ ਹੈ। ਜੇ ਤੁਸੀਂ ਆਨਸਰ ਨਹੀਂ ਦੇ ਰਹੇ ਤਾਂ ਪਲੀਜ਼ ਇਸ ਕਲਾਸ ਨੂੰ ਨਾ ਲਗਾਇਓ, ਕਲਾਸ 'ਚ ਆਇਓ ਤਾਂ ਇਹਨੂੰ ਤੁਸੀਂ ਆਨਸਰ ਜ਼ਰੂਰ ਦੇਣਾ, ਵੀਡੀਓ ਨੂੰ ਲਾਈਕ ਜ਼ਰੂਰ ਕਰਨਾ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਮੈਂ ਫੇਰ ਕਹਿ ਦਵਾਂ, ਇਸ ਸੈਸ਼ਨ ਦਾ PDF ਤੁਹਾਨੂੰ ਗਿਲਸ ਮੈਂਟੋਰ ਈ-ਲਰਨਿੰਗ ਟੈਲੀਗ੍ਰਾਮ ਚੈਨਲ ਤੇ ਮਿਲ ਜਾਏਗਾ, ਉਸ ਦਾ ਡਿਸਕ੍ਰਿਪਸ਼ਨ ਬਾਕਸ ਵਿੱਚ ਤੁਹਾਨੂੰ ਲਿੰਕ ਵੀ ਮਿਲ ਜਾਏਗਾ। ਨਹੀਂ ਤਾਂ ਈਜ਼ੀਲੀ ਤੁਸੀਂ ਟੈਲੀਗ੍ਰਾਮ ਤੇ ਸਰਚ ਕਰਨਾ, ਤੁਹਾਨੂੰ ਈਜ਼ੀਲੀ ਗਿਲਸ ਮੈਂਟੋਰ ਨਾਮ ਦਾ ਅਫੀਸ਼ੀਅਲ ਚੈਨਲ ਮਿਲ ਜਾਏਗਾ। ਡਨ, ਓਕੇ। ਸੋ ਪਹਿਲਾ ਕੁਐਸਚਨ ਧਿਆਨ ਨਾਲ ਪੜੋ, ਸਟੈਟਿਕ ਨਾਲ ਰਿਲੇਟਡ ਹੈ। ਨੈਸ਼ਨਲ ਵਾਈਲਡ ਲਾਈਫ ਬੋਰਡ ਬਾਰੇ ਗੱਲ ਕਹੀ ਗਈ ਹੈ, ਠੀਕ ਹੈ, ਨੈਸ਼ਨਲ ਵਾਈਲਡ ਲਾਈਫ ਬੋਰਡ ਬਾਰੇ ਗੱਲ ਕਹੀ ਗਈ ਹੈ। 3 ਸਟੇਟਮੈਂਟ ਦਿੱਤੀ ਹੈ, ਇਹਨਾਂ ਤਿੰਨਾਂ ਸਟੇਟਮੈਂਟ ਨੂੰ ਧਿਆਨ ਨਾਲ ਪੜਨਾ ਤੇ ਮੈਨੂੰ ਆਨਸਰ ਦੱਸਣਾ ਹੈ ਇਹਨਾਂ ਚਾਰੋਂ ਆਪਸ਼ਨ 'ਚ ਕਿਹੜਾ ਆਨਸਰ ਲੱਗੇਗਾ। ਪਹਿਲਾ ਕਹਿ ਰਹੇ ਕਿ ਇੱਕ ਸਟੈਚੂਰੀ ਆਰਗੇਨਾਈਜੇਸ਼ਨ ਹੈ, ਠੀਕ ਹੈ, ਜੋ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ 1972 ਦੇ ਅਧੀਨ ਬਣਿਆ ਹੋਇਆ ਹੈ। ਕਿਆ ਸਟੇਟਮੈਂਟ ਠੀਕ ਹੈ? ਦੂਜਾ ਕਹਿੰਦੇ, ਇਸ ਬੋਰਡ ਦੇ ਚੇਅਰਮੈਨ ਕੌਣ ਹੁੰਦੇ ਨੇ? ਇਸ ਬੋਰਡ ਦੇ, ਨੈਸ਼ਨਲ ਵਾਈਲਡ ਲਾਈਫ ਬੋਰਡ ਦੇ ਚੇਅਰਮੈਨ ਕੌਣ ਹੁੰਦੇ ਨੇ? PM ਸਾਡੇ ਮੋਦੀ ਜੀ ਹੁੰਦੇ ਨੇ, ਠੀਕ ਹੈ, ਜੋ ਇਸ ਟਾਈਮ ਪ੍ਰੈਜ਼ੀਡੈਂਟ ਸਾਡੇ ਮੋਦੀ ਜੀ ਨੇ, ਉਹ ਇਹਨਾਂ ਦੇ ਚੇਅਰਮੈਨ ਹੁੰਦੇ ਨੇ। ਉਸ ਤੋਂ ਇਲਾਵਾ ਕਹਿੰਦੇ, ਜੋ ਵੀ ਇਹਨਾਂ ਦੇ ਰਿਕਮੈਂਡੇਸ਼ਨਸ ਹੁੰਦੀਆਂ ਨੈਸ਼ਨਲ ਵਾਈਲਡ ਲਾਈਫ ਬੋਰਡ ਦੀਆਂ, ਉਹ ਸੈਂਟਰਲ ਗਵਰਨਮੈਂਟ ਦੇ ਉੱਪਰ ਬਾਈਂਡਿੰਗ ਹੁੰਦੀ ਹੈ, ਯਾਨੀ ਕਿ ਉਹਨਾਂ ਨੂੰ ਮੰਨਣੀਆਂ ਹੀ ਪੈਂਦੀਆਂ। ਜੋ ਵੀ ਸੈਂਟਰਲ ਗਵਰਨਮੈਂਟ ਪਾਲਿਸੀਸ ਫਰੇਮ ਕਰੇਗੀ, ਜੋ ਵੀ ਮਤਲਬ ਮੈਜਰਸ ਲਏਗੀ, ਠੀਕ ਹੈ, ਵਾਈਲਡ ਲਾਈਫ ਲਈ, ਉਸ ਵਕਤ ਜੋ ਵੀ ਰਿਕਮੈਂਡ ਕਰੇਗਾ ਨੈਸ਼ਨਲ ਵਾਈਲਡ ਲਾਈਫ ਬੋਰਡ, ਜੋ ਵੀ ਉਹਨਾਂ ਨੂੰ ਰਾਏ ਦੇਗਾ, ਉਹ ਸੈਂਟਰਲ ਗਵਰਨਮੈਂਟ ਦੇ ਉੱਪਰ ਬਾਈਂਡਿੰਗ ਰਹੇਗੀ। ਕਿਆ ਇਹ ਤਿੰਨੋਂ ਸਟੇਟਮੈਂਟ ਨੂੰ ਧਿਆਨ ਨਾਲ ਪੜ੍ਹਦਿਆਂ ਹੋਇਆ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਇਹ ਪਹਿਲੀ ਦੋਨੋਂ ਸਟੇਟਮੈਂਟ ਠੀਕ ਹੋਣਗੀਆਂ, ਦੂਜੀ ਤੀਜੀ ਸਟੇਟਮੈਂਟ ਠੀਕ ਹੋਏਗੀ, ਫਸਟ ਐਂਡ ਥਰਡ ਸਟੇਟਮੈਂਟ ਠੀਕ ਹੋਏਗੀ, ਆਲ ਆਫ ਦੀ ਅਬਵ? ਦੇਖੋ,
ठीक है, ईवन कि इन्नी वड्डी संस्था भी मतलब जिहड़ियां रिकमेंडेशंस है वह बाइंडिंग नहीं हो सकदियां, तां नैशनल वाइल्डलाइफ बोर्ड दियां किवें बाइंडिंग हो सकदियां, ठीक है, किवें हो जाणगियां, इह तां कॉन्स्टिट्यूशनल बोर्ड ही है यूपीएससी, डन, तां नैशनल वाइल्डलाइफ बोर्ड दी रिकमेंडेशन बाइंडिंग कदी नहीं हो सकदियां, ठीक है। तां इत्थों दी जिहड़ा आंसर निकल रहा है तुसीं समझ सकदे हो, तां इत्थों इह गलत हो गया, इह गलत हो गया, इह गलत हो गया, सिंपल आंसर आ गया अपना ए ऑप्शन। इस तरीके नाल तुहाने अपने ऑप्शनस नूं एलीमिनेट करना है, डन, ईवन ईवन ओड का फॉर्मूला लगाना है, समझने की कोशिश करनी है कि केड़ी स्टेटमेंट तुहानू बहुत ही ज्यादा मतलब एक्सट्रीम लग रही है, बाइंडिंग किवें सेंट्रल गवर्नमेंट के उपर हो सकती है, एवं तो फिर हरेक चीज बाइंडिंग होने लग पी तो सेंट्रल गवर्नमेंट किवें बैलेंस करेगी वाइल्ड लाइफ नूं ते अपने बिजनेस पॉलिसीज नूं, बहुत चीजों का ध्यान रखना पैंदा, एवं चीजा नहीं होंदियां। तो यह साफ जी गल है कि पहली तो दूजी स्टेटमेंट के नाल ठीक हो जाती है। हाँ, एक स्टैचुरी ऑर्गनाइजेशन है जो 1972 के अधीन बनी है, इसमें चेयरमैन जेडे ने वह PMG ने, इस सू 47 मैंबर देखने को मिलते हैं, याद रख लो इस सू 47 मैंबर देखने को मिलते हैं, तुम्हें ध्यान च रखना है, डन, ओके, ध्यान रखना है। तो इस जो 19 मैंबर होंगे ने एक्स ऑफिसर मैंबर होंगे ने, ये ध्यान रख सकते हो, डन, 19 मैंबर जो होंगे ने एक्स ऑफिसर मैंबर होंगे ने, तो बाकी जो कुछ 3 मैंबर जो होंगे ने वह लोकसभा के मैंबर होंगे ने, यह भी ध्यान रखना, इस लोकसभा के मैंबर भी देखने को मिलते हैं, डन, ओके। उस अलावा 10 जिहड़े होंदे ने ओह एमिनेंट होंदे ने, एमिनेंट समझदे हो, जो स्कॉलर होंदे ने जिन्हां ने वाइल्ड लाइफ च अच्छा कंट्रीब्यूशन दित्ता होया, ओह इसदे मतलब एनवायरमेंटलिस्ट हो गए, है ना, स्पैशलिस्ट एक्सपर्टीज हो गए, ओह इन्हां च देखण नूं मिल जांदे ने, बाकी होर कुछ मैंबर देखण नूं मिलदे ने। टोटली गल है कि यह एडवाइजरी इन नेचर है, ठीक है, बाइंडिंग नहीं है, एक एडवाइजरी इन नेचर है, ध्यान रख सकते हो। देखो इस तरीके फसाया जा सकता है, तो इस भी मतलब क्लू भी दिता होंगे, क्लू देखो तुम ऑप्शन च देता उन्होंने कि जो थर्ड गलत है तो डी गलत हो गया, सी गलत हो गया, बी गलत हो गया, सो ए ऑप्शन ठीक होगी, डन, ओके, चलो। उस अलावा हम अगली अपनी क्वेश्चन है यूएन पीस कीपिंग, ठीक है, यूएन पीस कीपिंग आप पढ़ते आ रहे हैं कि जो भी कोई भी अपने किसी भी देश में कुछ भी डेंजरस चीज होंगी है, भावे वह आतंकवादी रिलेटिड होवे, भावे किसी मतलब बीमारी रिलेटिड होवे, तो यूनाइटेड नेशन अपने कुछ ना कुछ एक्शन जरूर लैंदा है, तो उस विच उहदा एक पीस कीपिंग मिशन है, उसनों ध्यान रखते हुए इन तीनों स्टेटमेंट ध्यान नाल पढ़ना है, ठीक है। तो मैंने आंसर दसना है कि पहली दो स्टेटमेंट ठीक होएगी, सैकेंड एंड थर्ड ठीक होएगी, फर्स्ट एंड थर्ड ठीक होएगी, ये ऑल ऑफ द वर्ल्ड, मैंने दसना पहले क्वेश्चन एक बार तुम आप पढ़ो, ठीक है, जो तुम आप पढ़ पा रहे हो तो अच्छी गल है, मैं तुम्हें पढ़ के जरूर दसागा। देखो कहते जेड़ा भी यूएन पीस कीपिंग मिशन चलाउंदा है उसनों ऑथराइज कौन करता है, यूनाइटेड नेशन सिक्योरिटी काउंसिल, देन क्या स्टेटमेंट ठीक है। उस तो अलावा जे आप देखिए जो भी इस पीस कीपिंग मिशन में मान लो कोई कितने कोई दुर्घटना होगी, मान लो ज्यादातर साउथ अफ्रीका जिहड़ी कंट्रीज है जिहड़ियां अफ्रीकन अफ्रीकन कंट्रीज है बहुत गरीबी है उत्थे, उहदे लई भी कोई अपनी जिहड़ी यूएन है काम करदी है। उस तो अलावा जिवें सीरिया सीरिया वर्गे देश हो गए उत्थे मतलब वायलेंस बहुत है, तो यूएन अपने एक पीस कीपिंग मिशन बनाउंदा है, उत्थे वह फोर्सिस भेजदा है, तो उन्होंने पैसा भी लगता है, फाइनैशियल रिसोर्सिस भी लगते हैं। तो सैकंड स्टेटमेंट जिहड़ी कह रहे हैं कि जिहड़े फाइनैशियल रिसोर्सिस ने ਉਹ ਕੌਣ ਸੰਭਾਲਦਾ ਹੈ, ਉਹ ਕਹਿੰਦੇ ਕਲੈਕਟਿਵਲੀ ਸੰਭਾਲੇ ਜਾਂਦੇ ਨੇ ਯੂਐਨ ਦੇ ਮੈਂਬਰਸ ਵੱਲੋਂ, ਜਿਹੜੇ ਯੂਐਨ ਮੈਂਬਰ ਸਟੇਟਸ ਨੇ ਉਹ ਪੈਸਾ ਪਾਉਂਦੇ ਨੇ, ਇਕੱਠੇ ਮਿਲ ਕੇ ਪੈਸਾ ਪਾਉਂਦੇ ਨੇ ਤਾਂ ਕਿ ਇਹਨਾਂ ਪੀਸ ਕੀਪਿੰਗ ਆਪਰੇਸ਼ਨ ਸਹੀ ਤਰੀਕੇ ਨਾਲ ਕੰਡਕਟ ਕੀਤੇ ਜਾ ਸਕਣ। ਕਿਆ ਸਟੇਟਮੈਂਟ ਠੀਕ ਹੈ? ਥਰਡ ਸਟੇਟਮੈਂਟ ਕਹਿ ਰਹੇ ਨੇ ਕਿ ਜੇ ਆਪਾਂ ਯੂਐਨ ਦੇ ਚਾਰਟਰ ਦੇ ਮੁਤਾਬਿਕ ਦੇਖੀਏ ਹਰੇਕ ਮੈਂਬਰ, ਠੀਕ ਹੈ, ਹਰੇਕ ਮੈਂਬਰ ਇੱਕ ਤਰੀਕੇ ਨਾਲ ਲਾਇਬਿਲਟੀ ਹੈ ਉਹਦੀ, ਲੀਗਲੀ ਲਾਇਬਿਲਟੀ ਹੈ ਕਿ ਉਹ ਪੇ ਕਰੇ ਕਿਹਦੇ ਲਈ, ਇਸ ਪੀਸ ਕੀਪਿੰਗ ਲਈ ਉਹ ਪੇ ਕਰੇ, ਠੀਕ ਹੈ। ਜੇ ਆਪਾਂ ਸੈਕਿੰਡ ਸਟੇਟਮੈਂਟ ਪੜ੍ਹੀਏ, ਠੀਕ ਹੈ, ਜੇ ਸੈਕਿੰਡ ਸਟੇਟਮੈਂਟ ਠੀਕ ਹੁੰਦੀ ਹੈ ਤਾਂ ਥਰਡ ਕੀ ਥਰਡ ਵੀ ਹੋ ਸਕਦੀ ਹੈ ਠੀਕ, ਬਟ ਇਸ ਵਿੱਚ ਉਹਨਾਂ ਨੇ ਇਹ ਕਹਿਤਾ ਕਿ ਲੀਗਲੀ ਲਾਇਬਿਲਟੀ ਹੈ ਉਹਨਾਂ ਦੀ, ਯਾਨੀ ਕਿ ਉਹਨਾਂ ਨੂੰ ਮਤਲਬ ਬਾਈਂਡਿੰਗ ਹੈ ਕਿ ਉਹਨਾਂ ਨੂੰ ਪੇ ਕਰਨਾ ਹੀ ਪਏਗਾ ਇਹਨਾਂ ਪੀਸ ਕੀਪਿੰਗ ਆਪਰੇਸ਼ਨਸ ਲਈ। ਕਿਆ ਸਟੇਟਮੈਂਟ ਠੀਕ ਹੈ? ਤਿੰਨੋਂ ਸਟੇਟਮੈਂਟ ਧਿਆਨ ਨਾਲ ਪੜ੍ਹਦੇ ਹੋਏ ਮੈਨੂੰ ਦੱਸੋ, ਫਸਟ ਐਂਡ ਸੈਕਿੰਡ, ਸੈਕਿੰਡ ਐਂਡ ਥਰਡ, ਫਸਟ ਐਂਡ ਥਰਡ, ਆਲ ਆਫ ਦੀ ਬੋ, ਜਲਦੀ ਦੱਸੋ। देखो जो सैकंड स्टेटमेंट ठीक है ना, इस विच कलेक्टिव रिस्पोंसिबिलिटी है, जो कलेक्टिव रिस्पोंसिबिलिटी है साडे यूएन मेंबर स्टेट्स की, तो इसका साफ हो जाता है कि हरेक ईच मेंबर स्टेट पैसा पाएगा ही पाएगा, डन। तो इसका मतलब सैकंड एंड थर्ड ऑप्शन ठीक हो गया, यह गलत हो गया, ठीक है, नहीं ये गलत नहीं होया, मगर बी ऑप्शन ठीक हो गया। पहली जो आप देखिए, हाँ, कोई भी ऐसा कोई भी मिशन लियाना होंगे ना, कोई भी अपना एक्शन चकना होंगे, उस यूनाइटेड नेशन सिक्योरिटी काउंसिल की ऑथराइजेशन चाहिए ही होंगी है, ये यूनिवर्सल चीज ला लो, डन। तो इस अपना फर्स्ट स्टेटमेंट भी ठीक हो जाऊंगा, तो यह आंसर आ जाएगा अपना डी ऑप्शन, डन, यह आंसर क्या आ जाएगा अपना डी ऑप्शन, तुम ध्यान रख सकते हो, डन, ओके, इस चीज तो नहीं भूलना है, डन, ओके, चलो अगे देखो। अगला क्वेश्चन है,
ਹੁਣ ਯੂਰੇਨੀਅਮ ਆਪਣੇ ਉਹਦੇ ਜਿਹੜੇ ਰਿਸੋਰਸਿਸ ਮਿਲਦੇ ਨੇ ਅਲੱਗ ਅਲੱਗ ਤਰੀਕੇ ਦੇ ਰਿਸੋਰਸਿਸ ਮਿਲਦੇ ਨੇ ਉਹਦੀ ਜਾਣਕਾਰੀ ਵੀ ਹੋਣੀ ਚਾਹੀਦੀ ਕਿਉਂਕਿ ਜੀਓਗ੍ਰਾਫਿਕਲੀ ਆਪਾਂ ਤਾਂ ਪੁੱਛਿਆ ਜਾ ਸਕਦਾ ਹੈ ਜੀਓਗ੍ਰਾਫੀ ਵਿੱਚ ਆਪਾਂ ਅਲੱਗ ਅਲੱਗ ਸਟੈਟਿਕ ਬੇਸ ਕੁਐਸਚਨ ਵੀ ਧਿਆਨ ਚ ਰੱਖਣੇ ਹੁੰਦੇ ਨੇ ਦੈਨ ਇਸ ਤਰ੍ਹਾਂ ਦੇ ਕੁਐਸਚਨ ਪੁੱਛੇ ਜਾ ਸਕਦੇ ਨੇ ਯੂਰੇਨੀਅਮ ਮਾਈਨਸ ਨੂੰ ਲੈ ਕੇ ਕਹਿੰਦੇ ਇੰਡੀਆ ਵਿੱਚ ਕਾਫੀ ਐਸੇ ਮਤਲਬ ਪਲੇਸਿਸ ਨੇ ਜਿੱਥੇ ਸਾਨੂੰ ਦੇਖਣ ਨੂੰ ਮਿਲਦੀਆਂ ਮਾਈਨਸ ਮਗਰ ਉਹਨਾਂ ਨੇ ਉਹਦੇ ਕੁਐਸਚਨ ਕੀ ਪੁੱਛਿਆ ਕਿ ਇਹਨਾਂ ਚਾਰਾਂ ਵਿੱਚੋਂ ਕੋਈ ਐਸੀ ਇੱਕ ਪਲੇਸ ਹੈ ਜਿੱਥੇ ਯੂਰੇਨੀਅਮ ਮਾਈਨਸ ਨਹੀਂ ਦੇਖਣ ਨੂੰ ਮਿਲਦੇ ਦੈਨ ਤੁਸੀਂ ਮੈਨੂੰ ਦੱਸੋ ਇਹਨਾਂ ਚੋਂ ਕਿਹੜਾ ਐਸਾ ਜਗ੍ਹਾ ਹੈ ਜਿੱਥੇ ਸਾਨੂੰ ਯੂਰੇਨੀਅਮ ਮਾਈਨਸ ਨਹੀਂ ਦੇਖਣ ਨੂੰ ਮਿਲਦੇ ਤੁਸੀਂ ਦੱਸ ਸਕਦੇ ਹੋ ਮੈਨੂੰ ਜਲਦੀ ਦੱਸੋ ਤੁਹਾਨੂੰ ਕਿੱਥੇ ਮਾਈਨਸ ਨਹੀਂ ਦੇਖਣ ਨੂੰ ਮਿਲਦੀਆਂ ਦੇਖੋ ਨਵਾੜਾ ਠੀਕ ਹੈ ਇਹ ਡੀ ਆਪਸ਼ਨ ਹੈ ਉਹਦੇ ਤੁਹਾਨੂੰ ਯੂਰੇਨੀਅਮ ਮਾਈਨਸ ਨਹੀਂ ਦੇਖਣ ਨੂੰ ਮਿਲਦੀਆਂ ਜਾਦੂਗੂੜਾ ਨਰਪਵਰ ਤੁਰਾਮੰਡਹੀ ਠੀਕ ਹੈ ਉਹਦੇ ਜਿਹੜੀ ਜਗ੍ਹਾਵਾਂ ਨੇ ਉਹਦੇ ਤੁਹਾਨੂੰ ਯੂਰੇਨੀਅਮ ਮਾਈਨਸ ਦੇਖਣ ਨੂੰ ਮਿਲਦੀਆਂ ਦੈਨ ਓਕੇ ਸਭ ਤੋਂ ਪਹਿਲੀ ਜਿਹੜੀ ਯੂਰੇਨੀਅਮ ਮਾਈਨਸ ਸੀ ਉਹ ਸਾਨੂੰ ਇਸੇ ਜਗ੍ਹਾ ਦੇਖਣ ਨੂੰ ਮਿਲੀ ਸੀ ਠੀਕ ਹੈ ਸਭ ਤੋਂ ਪਹਿਲੀ ਜਿਹੜੀ ਫਸਟ ਜਿਹੜੀ ਮਾਈਨਸ ਸੀ ਉਹ ਸਾਨੂੰ ਇਹ ਜਾਦੂਗੁੱਡਾ ਗੁੱਡਾ ਕਹਿ ਲਓ ਗੂੜਾ ਕਹਿ ਲਓ ਜਾਦੂਗੁੱਡਾ ਜਿਹੜੀ ਹੈ ਪੂਰੇ ਦੇਖਣ ਨੂੰ ਮਿਲੀ ਸੀ ਠੀਕ ਹੈ 1960 ਵਿੱਚ ਤੁਸੀਂ ਧਿਆਨ ਵਿੱਚ ਰੱਖ ਸਕਦੇ ਹੋ ਇਹ ਜਗ੍ਹਾ ਕਿੱਥੇ ਹੈ ਕੋਈ ਦੱਸ ਸਕਦਾ ਮੈਨੂੰ ਇਹ ਝਾਰਖੰਡ ਵਿੱਚ ਹੈ ਕਿੱਧਰ ਹੈ ਝਾਰਖੰਡ ਵਿੱਚ ਤੁਸੀਂ ਧਿਆਨ ਵਿੱਚ ਰੱਖ ਸਕਦੇ ਹੋ ਦੈਨ ਓਕੇ ਉਸ ਤੋਂ ਇਲਾਵਾ ਜਿਹੜੀ ਆਪਣੀ ਇੱਕ ਹੋਰ ਕਿਹੜੀ ਪਲੇਸ ਹੈ ਬਟੀਨ ਠੀਕ ਹੈ ਇੱਕ ਪਲੇਸ ਹੈ ਦੈਨ ਇੱਕ ਪਲੇਸ ਹੈ ਇਹ ਵੀ ਜੇ ਆਪਾਂ ਦੇਖੀਏ ਇਸੀ ਜਗ੍ਹਾ ਦੇ ਨੇੜੇ 3 ਕਿਲੋਮੀਟਰ ਦੂਰ ਜਾਦੂਗੁੜਾ ਤੋਂ 3 ਕਿਲੋਮੀਟਰ ਦੂਰ ਸਾਨੂੰ ਉਹਦੇ ਵੀ ਯੂਰੇਨੀਅਮ ਮਾਈਨਸ ਦੇਖਣ ਨੂੰ ਮਿਲਦੀ ਹੈ ਠੀਕ ਹੈ ਯੂਰੇਨੀਅਮ ਮਾਈਨਸ ਦੇਖਣ ਨੂੰ ਮਿਲਦਾ ਬਟੀਨ BHATIN ਲਿਖ ਲਓ ਤੁਸੀਂ ਦੈਨ ਪੁੱਛਿਆ ਜਾ ਸਕਦਾ ਹੈ ਉਸ ਤੋਂ ਇਲਾਵਾ ਨਰਵਪਹਰ ਠੀਕ ਹੈ ਨਰਪਹਰ ਇਹ ਵੀ ਇੱਕ ਜਗ੍ਹਾ ਹੈ ਦੈਨ ਓਕੇ ਪੂਰੇ ਤੁਹਾਨੂੰ ਦੇਖਣ ਨੂੰ ਮਿਲਦੀ ਹੈ ਇਹ ਅਪ੍ਰੈਲ 1995 ਨੂੰ ਪੂਰੇ ਸਾਨੂੰ ਮਾਈਨਸ ਦੇਖਣ ਨੂੰ ਅਸੀਂ ਮਾਈਨਸ ਪੂਰੇ ਇੱਕ ਤਰੀਕੇ ਨਾਲ ਐਸਟੈਬਲਿਸ਼ ਕੀਤੀਆਂ ਲੋਕੇਟਡ ਕੀਤੀਆਂ ਦੈਨ ਕਮਿਸ਼ਨ ਕੀਤੀਆਂ ਦੈਨ ਤੁਰਮ ਜਿਹੜੀ ਤੁਰਮ ਵਾਲੀ ਜਗ੍ਹਾ ਹੈ ਦੈਨ ਪੂਰੇ ਕਦੋਂ ਐਸਟੈਬਲਿਸ਼ ਹੋਈਆਂ ਜੇ ਮੈਂ ਦੇਖਣਾ ਚਾਹਾਂ ਪੂਰੇ ਐਸਟੈਬਲਿਸ਼ ਹੋਈਆਂ ਜੇ ਆਪਾਂ ਦੇਖਣਾ ਚਾਹੀਏ ਇਹ 2003 ਵਿੱਚ ਕਮਿਸ਼ਨ ਕੀਤੀ ਗਈ ਉਰੇ ਯੂਰੇਨੀਅਮ ਮਾਈਨਸ ਤੁਸੀਂ ਧਿਆਨ ਵਿੱਚ ਰੱਖ ਸਕਦੇ ਹੋ ਤੁਹਾਨੂੰ ਕਿਹੜੀ ਜਗ੍ਹਾ ਦੇਖਣ ਨੂੰ ਮਿਲਣਗੀਆਂ ਜੇ ਆਪਾਂ ਦੇਖ ਸਕਦੇ ਹਾਂ ਮੁੰਬਈ ਵਿੱਚ ਦੈਨ ਓਕੇ ਤੁਸੀਂ ਧਿਆਨ ਵਿੱਚ ਰੱਖ ਸਕਦੇ ਹੋ ਉਸ ਤੋਂ ਇਲਾਵਾ ਇੱਕ ਹੋਰ ਜਗ੍ਹਾ ਲਿਖ ਸਕਦੇ ਹੋ ਜੇ ਆਪਾਂ ਦੇਖੀਏ ਕਿਹਦਾ ਨਾਮ ਹੈ ਬਾਗ ਜੱਟਾ ਇੱਕ ਪਲੇਸ ਹੈ ਜਿੱਥੇ ਤੁਹਾਨੂੰ ਯੂਰੇਨੀਅਮ ਮਾਈਨਸ ਦੇਖਣ ਨੂੰ ਮਿਲਣਗੀਆਂ ਦੈਨ ਓਕੇ ਇਹ ਕਿੱਥੇ ਹੈ ਜਗ੍ਹਾ ਜੇ ਆਪਾਂ ਦੇਖਣਾ ਚਾਹੀਏ ਝਾਰਖੰਡ ਦੈਨ ਸੋ ਇਹ ਤੁਸੀਂ ਕੋਈ ਯਾਦ ਰੱਖਣੀਆਂ ਚੀਜ਼ਾਂ ਓਕੇ ਚਲੋ ਅਗਲਾ ਕੁਐਸਚਨ ਐਟੋਮਿਕ ਐਨਰਜੀ ਕਮਿਸ਼ਨ ਬਾਰੇ ਤੁਹਾਨੂੰ ਕੋਈ ਯਾਦ ਫੰਕਸ਼ਨਸ ਬਾਰੇ ਪੁੱਛਿਆ ਗਿਆ ਠੀਕ ਹੈ ਆਪਾਂ ਨੇ ਐਟੋਮਿਕ ਐਨਰਜੀ ਦੇ ਜੇ ਫੰਕਸ਼ਨਸ ਤੁਹਾਨੂੰ ਕਿਤੇ ਨਾ ਕਿਤੇ ਪੜ੍ਹੇ ਆ ਤਾਂ ਦੋ ਸਟੇਟਮੈਂਟ ਦਿੱਤੀ ਹੈ ਮੈਨੂੰ ਦੱਸਣਾ ਇਹਨਾਂ ਦੋਨਾਂ ਚੋਂ ਕਿਹੜੀ ਸਟੇਟਮੈਂਟ ਠੀਕ ਹੋਏਗੀ ਆਪਸ਼ਨ ਥਰੂ ਫਸਟ ਠੀਕ ਹੈ ਸੈਕਿੰਡ ਠੀਕ ਹੈ ਦੋਨੋਂ ਠੀਕ ਹੈ ਕੋਈ ਵੀ ਠੀਕ ਨਹੀਂ ਪਹਿਲਾਂ ਕਹਿ ਰਹੇ ਨੇ ਇਸ ਕਮਿਸ਼ਨ ਵਿੱਚ ਪਹਿਲਾ ਫੰਕਸ਼ਨ ਇਹਨਾਂ ਦਾ ਇਹ ਹੈ ਕਿ ਅਸੀਂ ਪ੍ਰੋਸਪੈਕਟ ਕਰੀਏ ਤੇ ਐਕਸਟ੍ਰੈਕਟ ਕਰੀਏ ਐਟੋਮਿਕ ਮਿਨਰਲਸ ਨੂੰ ਇਨ ਇੰਡੀਆ ਪਹਿਲਾ ਫੰਕਸ਼ਨ ਐਟੋਮਿਕ ਐਨਰਜੀ ਕਮਿਸ਼ਨ ਵਿੱਚ ਇਹ ਕਿਹਾ ਗਿਆ ਦੂਜਾ ਕਹਿੰਦੇ ਕਿ ਰਿਸਰਚ ਦਾ ਕੰਮ ਵੀ ਇਨ ਐਟੋਮਿਕ ਐਨਰਜੀ ਕਿ ਐਟੋਮਿਕ ਵਿੱਚ ਆਪਾਂ ਹੋਰ ਕੀ ਕੀ ਰਿਸਰਚ ਕਰ ਸਕਦੇ ਹਾਂ ਐਟੋਮਿਕ ਐਨਰਜੀ ਵਿੱਚ ਆਪਾਂ ਹੋਰ ਕੀ ਕੀ ਰਿਸਰਚ ਕਰ ਸਕਦੇ ਹਾਂ ਉਸਦਾ ਕੰਮ ਵੀ ਐਟੋਮਿਕ ਐਨਰਜੀ ਕਮਿਸ਼ਨ ਕਰਦਾ ਹੈ ਤੇ ਸਾਇੰਟਿਸਟ ਨੂੰ ਟ੍ਰੇਨ ਕਰਨ ਦਾ ਕੰਮ ਵੀ ਐਟੋਮਿਕ ਐਨਰਜੀ ਕਮਿਸ਼ਨ ਕਰਦਾ ਹੈ ਕਿਆ ਇਹ ਦੋਨੋਂ ਸਟੇਟਮੈਂਟ ਠੀਕ ਹੈ ਕਿਆ ਫਸਟ ਠੀਕ ਹੈ ਕਿਆ ਸੈਕਿੰਡ ਠੀਕ ਹੈ ਕਿਆ ਦੋਨੋਂ ਠੀਕ ਹੈ ਜਲਦੀ ਦੱਸੋ ਦੇਖੋ ਇਹਦਾ ਆਂਸਰ ਆ ਰਿਹਾ ਸੀ ਦੇਖੋ ਨੋਰਮਲੀ ਪਤਾ ਲੱਗ ਰਿਹਾ ਆਪਾਂ ਐਟੋਮਿਕ ਐਨਰਜੀ ਕਮਿਸ਼ਨ ਬਾਰੇ ਪੜ੍ਹ ਰਹੇ ਹਾਂ ਐਕਸਟ੍ਰੈਕਟ ਕਰਨ ਦਾ ਕੰਮ ਠੀਕ ਹੈ ਪ੍ਰੋਸਪੈਕਟ ਕਰਨ ਦਾ ਕੰਮ ਦੋਨਾਂ ਦਾ ਇਹੀ ਕਰੇਗਾ ਹਨਾ ਕਿਉਂਕਿ ਜੇ ਬਣਾਇਆ ਕਮਿਸ਼ਨ ਕਾਹਦੇ ਲਈ ਹੈ ਐਟੋਮਿਕ ਐਨਰਜੀ ਨੇ ਬਣਾਇਆ ਤਾਂ ਕੰਮ ਵੀ ਤਾਂ ਇਹੀ ਕਰੇਗਾ ਨਾ ਉਸ ਤੋਂ ਇਲਾਵਾ ਜੇ ਆਪਾਂ ਦੇਖੀਏ ਹੋਰ ਕੀ ਕੰਮ ਕਰ ਸਕਦਾ ਜਿੰਨਾ ਵੀ ਨਿਊਕਲੀਅਰ ਰਿਸਰਚ ਹੈ ਉਹਨੂੰ ਪ੍ਰਮੋਟ ਕਰਨ ਦਾ ਕੰਮ ਇਹ ਕਰੇਗਾ ਸਭ ਤੋਂ ਵੱਡੀ ਗੱਲ ਦੈਨ ਉਸ ਤੋਂ ਇਲਾਵਾ ਜੇ ਮੈਂ ਦੇਖਣਾ ਚਾਹਾਂ ਉਸ ਤੋਂ ਇਲਾਵਾ ਜਿੰਨੀਆਂ ਵੀ ਲੈਬੋਰਟਰੀਜ਼ ਆ ਆਪਣੇ ਕੋਲ ਠੀਕ ਹੈ ਉਹਨਾਂ ਨੂੰ ਫਾਈਨੈਂਸ਼ੀਅਲ ਰਿਸੋਰਸ ਪ੍ਰੋਵਾਈਡ ਕਰਨ ਦਾ ਕੰਮ ਜਿਹੜੀ ਨਿਊਕਲੀਅਰ ਰਿਸਰਚ ਵਿੱਚ ਕੰਮ ਕਰ ਰਹੀ ਹੈ ਉਹਨਾਂ ਨੂੰ ਕਰਨ ਦਾ ਕੰਮ ਇਹ ਕਰੇਗਾ ਦੈਨ ਓਕੇ ਤੁਸੀਂ ਧਿਆਨ ਵਿੱਚ ਰੱਖ ਸਕਦੇ ਹੋ ਠੀਕ ਹੈ ਚਲੋ ਹੁਣ ਕਹਿੰਦੇ ਕਿ ਇਸ ਐਟੋਮਿਕ ਐਨਰਜੀ ਕਮਿਸ਼ਨ ਦੇ ਚੇਅਰਮੈਨ ਕੌਣ ਹੁੰਦੇ ਨੇ ਸਭ ਤੋਂ ਵੱਡਾ ਕੁਐਸਚਨ ਇਹ ਪੁੱਛਿਆ ਜਾ ਸਕਦਾ ਹੈ ਇਹਦੇ ਚੇਅਰਮੈਨ ਕੌਣ ਹੁੰਦੇ ਨੇ ਕੋਈ ਦੱਸ ਸਕਦਾ ਮੈਨੂੰ ਇਹਨਾਂ ਦਾ ਚੇਅਰਮੈਨ ਕੌਣ ਹੁੰਦੇ ਨੇ ਦੈਨ ਕਹਿੰਦੇ ਜੋ ਡਿਪਾਰਟਮੈਂਟ ਇੱਕ ਡਿਪਾਰਟਮੈਂਟ ਹੈ ਐਟੋਮਿਕ ਐਨਰਜੀ ਦਾ ਠੀਕ ਹੈ ਐਟੋਮਿਕ ਐਨਰਜੀ ਡਿਪਾਰਟਮੈਂਟ ਹੈ ਜੋ ਉਹਦੇ ਸੈਕਟਰੀਏਟ ਹੁੰਦੇ ਨੇ ਨਾ ਜੋ ਉਹਦੇ ਸੈਕਟਰੀਏਟ ਹੁੰਦੇ ਨੇ ਯਾਨੀ ਕਿ ਜੋ ਆਈਐਸ ਆਫੀਸਰ ਇਸਦੇ ਸੈਕਟਰੀਏਟ ਹੁੰਦੇ ਨੇ ਉਹੀ ਐਟੋਮਿਕ ਐਨਰਜੀ ਕਮਿਸ਼ਨ ਦੇ ਚੇਅਰਮੈਨ ਹੁੰਦੇ ਨੇ ਤੁਸੀਂ ਧਿਆਨ ਵਿੱਚ ਰੱਖ ਲੈਣਾ ਦੈਨ ਇਸ ਨੂੰ ਤੁਸੀਂ ਧਿਆਨ ਵਿੱਚ ਰੱਖ ਲੈਣਾ ਦੈਨ ਓਕੇ ਚਲੋ ਉਸ ਤੋਂ ਇਲਾਵਾ ਅਗਲਾ ਕੁਐਸਚਨ ਹੁਣ ਇੰਡੀਅਨ ਹਿਸਟਰੀ ਨਾਲ ਰਿਲੇਟਡ ਹੈ ਮਾਡਰਨ ਹਿਸਟਰੀ ਨਾਲ ਰਿਲੇਟਡ ਕੁਐਸਚਨ ਆ ਚੁੱਕਾ ਹੈ ਤਿੰਨ ਸਟੇਟਮੈਂਟ ਦਿੱਤੀ ਹੈ ਦੈਨ ਮੈਨੂੰ ਦੱਸੋ ਫਸਟ ਠੀਕ ਹੈ ਸੈਕਿੰਡ ਹੈ ਥਰਡ ਠੀਕ ਹੈ ਫਸਟ ਐਂਡ ਠੀਕ ਹੈ ਔਰ ਆਫ ਦੀ ਪੜੋ ਇੱਕ ਵਾਰੀ ਤੁਸੀਂ ਆਪ ਖੁਦ ਪੜੋ
ਕਹਿੰਦੇ ਜਿਹੜਾ ਰੋਲੈਂਡ ਐਕਟ ਸੀ, ਰੋਲੈਂਡ ਐਕਟ ਸੀ ਠੀਕ ਹੈ 1922 ਵਿੱਚ, 1922 ਵਿੱਚ ਬ੍ਰਿਟਿਸ਼ ਵੱਲੋਂ ਰਿਪੀਲ ਕਰ ਦਿੱਤਾ ਗਿਆ। ਕਿਆ ਸਟੇਟਮੈਂਟ ਠੀਕ ਹੈ? ਉਸ ਤੋਂ ਇਲਾਵਾ ਉਹਨਾਂ ਨੇ ਕਿਹਾ ਸੈਕਿੰਡ ਸਟੇਟਮੈਂਟ ਵਿੱਚ, ਜਲਿਆਂ ਵਾਲੇ ਬਾਗ ਜਿਹੜਾ ਮਾਸਕਰ ਹੋਇਆ ਉਸ ਵਿੱਚ ਰਵਿੰਦਰ ਨਾਥ ਟੈਗੋਰ ਜੀ ਨੇ ਤੇ ਮਹਾਤਮਾ ਗਾਂਧੀ ਜੀ ਨੇ ਆਪਣਾ ਜਿਹੜਾ ਬ੍ਰਿਟਿਸ਼ ਵੱਲੋਂ ਇੱਕ ਅਵਾਰਡ ਦਿੱਤਾ ਗਿਆ ਸੀ ਉਸਨੂੰ ਰਿਨਾਊਂਸ ਕਰ ਦਿੱਤਾ ਗਿਆ। ਕਿਆ ਸਟੇਟਮੈਂਟ ਠੀਕ ਹੈ? ਕਿਆ ਉਸ ਤੋਂ ਬਾਅਦ ਜਦੋਂ ਇਹ ਜਲਿਆਂ ਵਾਲਾ ਬਾਗ ਮਾਸਕਰ ਹੋਇਆ ਜਿਹੜਾ ਜਨਰਲ ਡਾਇਰ ਸੀ ਉਸਨੂੰ ਰਿਮੂਵ ਕਰ ਦਿੱਤਾ ਗਿਆ ਕਮਾਂਡ ਤੋਂ, ਠੀਕ ਹੈ, ਜਿਹੜੀ ਪੋਜੀਸ਼ਨ ਦੱਸੀ ਉਹ ਤੇ ਉਸਨੂੰ ਬ੍ਰਿਟੇਨ ਭੇਜ ਦਿੱਤਾ ਗਿਆ। ਕਿਆ ਸਟੇਟਮੈਂਟ ਠੀਕ ਹੈ? ਤਿੰਨੋਂ ਸਟੇਟਮੈਂਟ ਧਿਆਨ ਨਾਲ ਪੜ੍ਹਦੇ ਹੋਏ ਮੈਨੂੰ ਦੱਸੋ, ਫਸਟ ਠੀਕ ਹੈ, ਸੈਕਿੰਡ ਐਂਡ ਥਰਡ ਠੀਕ ਹੈ, ਫਸਟ ਐਂਡ ਥਰਡ ਠੀਕ ਹੈ, ਆਲ ਆਫ ਦੀ ਅਬਵ। ਦੇਖੋ ਇਹਦਾ ਆਂਸਰ ਆ ਜਾਏਗਾ ਆਪਣਾ ਫਸਟ ਐਂਡ ਥਰਡ, ਠੀਕ ਹੈ। ਤੁਸੀਂ ਕਹੋਗੇ ਬੀ ਤਾਂ ਠੀਕ ਹੈ, ਤੁਸੀਂ ਧਿਆਨ ਨਾਲ ਸਮਝਿਆ ਨਹੀਂ, ਮੈਂ ਉਹਨੇ ਬ੍ਰਿਟਿਸ਼ ਨਾਈਟਹੁੱਡ ਦੀ ਗੱਲ ਕੀਤੀ ਹੈ, ਮਗਰ ਉਸਦੇ ਨਾਲ ਉਹਨਾਂ ਨੂੰ ਕੇਸਰੇ ਹਿੰਦ ਵੀ ਮਿਲਿਆ ਸੀ, ਯਾਦ ਆ ਰਿਹਾ? ਉਹਨਾਂ ਨੂੰ ਕੇਸਰੇ ਹਿੰਦ ਵੀ ਅਵਾਰਡ ਮਿਲ ਚੁੱਕਾ ਸੀ, ਦੈਨ ਇਹ ਵੀ ਉਹਨਾਂ ਨੂੰ ਆਨਰ ਕੀਤਾ ਗਿਆ ਸੀ, ਉਹ ਵੀ ਉਹਨਾਂ ਨੇ ਰਿਨਾਊਂਸ ਕੀਤਾ ਸੀ। ਇਸੇ ਧਿਆਨ ਚ ਰੱਖਣਾ ਕੁਐਸਚਨ ਕਿ ਇਸ ਵਿੱਚ ਉਹਨਾਂ ਨੂੰ ਕੇਸਰੇ ਹਿੰਦ ਵੀ ਜਿਹੜਾ ਮਿਲਿਆ ਸੀ, ਉਹਨਾਂ ਨੂੰ ਮੈਡਲ ਮਿਲਿਆ ਸੀ, ਠੀਕ ਹੈ, ਕੇਸਰੇ ਹਿੰਦ ਜਿਹੜਾ ਮੈਡਲ ਮਿਲਿਆ ਸੀ ਉਹ ਵੀ ਉਹਨਾਂ ਨੇ ਰਿਨਾਊਂਸ ਕੀਤਾ ਸੀ, ਜਿਹੜਾ ਮੈਡਲ ਮਿਲਿਆ ਸੀ। ਦੈਨ ਓਕੇ, ਤੇ ਧਿਆਨ ਵਿੱਚ ਰੱਖ ਸਕਦੇ। ਚਲੋ ਅਗਲਾ ਕੁਐਸਚਨ, ਹੁਣ ਆਪਾਂ ਕੈਟ ਦੀ ਗੱਲ ਕਰਦੇ ਹਾਂ। ਕਿੱਥੇ ਨਾ ਕਿੱਥੇ ਆਪਾਂ ਕੈਟ ਬਾਰੇ ਪੜ੍ਹਦੇ ਆ ਰਹੇ ਹਾਂ, ਤਾਂ ਸੈਂਟਰਲ ਐਡਮਿਨਿਸਟ੍ਰੇਟਿਵ ਟ੍ਰਿਬਿਊਨਲ ਬਾਰੇ ਪੜਾਂਗੇ ਆਪਾਂ। ਦੈਨ ਪਹਿਲਾ ਸਟੇਟਮੈਂਟ ਇਹ ਕਹਿ ਰਿਹਾ ਇਸ ਨੂੰ ਸਟੈਬਲਿਸ਼ ਆਪਾਂ ਨੇ ਕਾਨੂੰਨ ਦੇ ਥਰੂ ਕੀਤਾ ਸੀ, ਦੈਨ ਇੱਕ ਐਡਮਿਨਿਸਟ੍ਰੇਟਿਵ ਟ੍ਰਿਬਿਊਨਲ ਐਕਟ ਪਾਸ ਕੀਤਾ 1985 ਵਿੱਚ, ਫਿਰ ਇਹ ਸਾਹਮਣੇ ਆਇਆ ਸੈਂਟਰਲ ਐਡਮਿਨਿਸਟ੍ਰੇਟਿਵ ਟ੍ਰਿਬਿਊਨਲ। ਕਿਆ ਸਟੇਟਮੈਂਟ ਠੀਕ ਹੈ? ਉਸ ਤੋਂ ਇਲਾਵਾ ਕਹਿੰਦੇ ਜੋ ਵੀ ਇਹਦੇ ਆਰਡਰ ਹੁੰਦੇ ਨੇ, ਠੀਕ ਹੈ, ਦ ਪੀਸ ਅੰਗੇਜ਼ ਦੀ ਆਰਡਰ ਆਫ ਦ ਐਡਮਿਨਿਸਟ੍ਰੇਟਿਵ ਟ੍ਰਿਬਿਊਨਲ ਸ਼ੈਲ ਲਾਈ ਬਿਫੋਰ ਦ ਡਿਵੀਜ਼ਨ ਬੈਂਚ ਆਫ ਦ ਕੰਸਰਨਸ ਨੇਮ। ਕਹਿੰਦੇ ਜੋ ਵੀ ਕੈਟ ਨੂੰ ਲੈ ਕੇ ਫੈਸਲੇ ਆਉਂਦੇ ਨੇ ਇਸੇ ਟ੍ਰਿਬਿਊਨਲ ਦੇ, ਜੋ ਵੀ ਫੈਸਲੇ ਆਉਂਦੇ ਨੇ ਉਸੇ ਅੰਗੇਜ਼ ਜਿਹੜੀ ਅਪੀਲ ਹੈ ਤੁਸੀਂ ਸੁਪਰੀਮ ਕੋਰਟ ਦੀ ਡਿਵੀਜ਼ਨ ਬੈਂਚ ਵਿੱਚ ਜਾ ਕੇ ਕਰ ਸਕਦੇ ਹੋ। ਕਿਆ ਸਟੇਟਮੈਂਟ ਠੀਕ ਹੈ? ਦੋਨੋਂ ਸਟੇਟਮੈਂਟ ਧਿਆਨ ਨਾਲ ਪੜ੍ਹਦੇ ਹੋਏ ਮੈਨੂੰ ਦੱਸੋ, ਫਸਟ ਠੀਕ ਹੈ, ਸੈਕਿੰਡ ਠੀਕ ਹੈ, ਬੋਥ 1 ਐਂਡ 2 ਜਾਂ ਨਾਈਦਰ 1 ਐਂਡ 2? ਜਲਦੀ ਦੱਸੋ। ਇਹਦਾ ਆਂਸਰ ਆ ਜਾਏਗਾ ਆਪਣਾ ਏ ਆਪਸ਼ਨ, ਠੀਕ ਹੈ, ਇਹਦਾ ਆਂਸਰ ਆ ਜਾਏਗਾ ਏ ਆਪਸ਼ਨ। ਤੁਸੀਂ ਧਿਆਨ ਨਾਲ ਰੱਖਣਾ ਕਿ ਸੈਂਟਰਲ ਐਡਮਿਨਿਸਟ੍ਰੇਟਿਵ ਟ੍ਰਿਬਿਊਨਲ 1985 ਚ ਬਣਿਆ ਸੀ, ਇੱਕ ਕਾਨੂੰਨ ਪਾਸ ਕੀਤਾ ਗਿਆ ਸੀ। ਉਸ ਤੋਂ ਇਲਾਵਾ ਸਭ ਤੋਂ ਵੱਡੀ ਗੱਲ, ਠੀਕ ਹੈ, 42ਵਾਂ ਕਨਸਟੀਟਿਊਸ਼ਨਲ ਅਮੈਂਡਮੈਂਟ ਕੀਤੀ ਗਈ ਸੀ। ਦੈਨ 42ਵੀਂ ਜਿਹੜੀ ਕਨਸਟੀਟਿਊਸ਼ਨਲ ਅਮੈਂਡਮੈਂਟ ਹੋਈ ਸੀ, ਠੀਕ ਹੈ, ਜਿਸ ਦੇ ਥਰੂ ਆਪਾਂ ਨੇ ਇੱਕ ਆਰਟੀਕਲ ਐਡ ਕੀਤਾ, ਇਹ ਵੀ ਧਿਆਨ ਚ ਰੱਖ ਲਓ, 323 ਏ ਆਰਟੀਕਲ ਦੇ ਥਰੂ ਆਪਾਂ ਨੇ ਸੈਂਟਰਲ ਐਡਮਿਨਿਸਟ੍ਰੇਟਿਵ ਟ੍ਰਿਬਿਊਨਲ ਨੂੰ ਸਟੈਬਲਿਸ਼ ਕੀਤਾ। ਦੈਨ ਓਕੇ, ਤੇ ਸਭ ਤੋਂ ਵੱਡੀ ਗੱਲ, ਇਸ ਦੇ ਖਿਲਾਫ ਜਿਹੜੀ ਅਪੀਲ ਹੈ ਤੁਸੀਂ ਸੁਪਰੀਮ ਕੋਰਟ ਨਹੀਂ ਹਾਈ ਕੋਰਟ, ਇਸ ਨੂੰ ਧਿਆਨ ਵਿੱਚ ਰੱਖ ਸਕਦੇ ਹੋ। ਦੈਨ ਸੁਪਰੀਮ ਕੋਰਟ ਨਹੀਂ ਹਾਈ ਕੋਰਟ, ਮਤਲਬ ਇੱਕ ਡਿਵੀਜ਼ਨ ਬੈਂਚ ਦੇ ਥਰੂ ਇਸ ਦੀ ਅਪੀਲ ਕੀਤੀ ਜਾ ਸਕਦੀ ਹੈ, ਤੁਸੀਂ ਧਿਆਨ ਵਿੱਚ ਰੱਖ ਸਕਦੇ ਹੋ। ਦੈਨ ਤਾਂ ਉਹ ਹੀ ਕੁਐਸਚਨ ਤੁਹਾਨੂੰ ਦੇਖ ਲਓ ਫਸਾਉਣ ਦੀ ਕੋਸ਼ਿਸ਼ ਕਰੇਗਾ। ਦੈਨ ਓਕੇ, ਸੋ ਤੁਹਾਨੂੰ ਧਿਆਨ ਚ ਰੱਖਣਾ 42ਵਾਂ ਕਨਸਟੀਟਿਊਸ਼ਨ ਅਮੈਂਡਮੈਂਟ ਹੋਈ ਸੀ, ਜਿਸ ਨੇ ਆਪਾਂ ਨੇ ਕੈਟ ਐਸਟੈਬਲਿਸ਼ ਕੀਤਾ, ਆਰਟੀਕਲ 323 ਏ ਐਡ ਕੀਤਾ। ਦੈਨ ਓਕੇ, ਚਲੋ ਅਗਲਾ ਦੇਖੋ, ਫੈਸਟੀਵਲਸ ਬਾਰੇ ਹੈ ਤੇ ਸਟੇਟ ਬਾਰੇ, ਮੈਚ ਕਰਨਾ ਕਿਹਦੇ ਨਾਲ, ਕਿਹੜਾ ਫੈਸਟੀਵਲ ਮੈਚ ਕਰ ਰਿਹਾ। ਕਿਆ ਵਿਸ਼ੂ ਜਿਹੜਾ ਫੈਸਟੀਵਲ ਓਡੀਸ਼ਾ ਚ ਮਨਾਇਆ ਜਾਂਦਾ ਹੈ, ਕਿਆ ਜਿਹੜਾ ਪੁਥਾਂਦੂ ਜਿਹੜਾ ਫੈਸਟੀਵਲ ਹੈ ਉਹ ਤਮਿਲਨਾਡੂ ਚ ਮਨਾਇਆ ਜਾਂਦਾ ਹੈ, ਕਿਆ ਨਾਭਾ ਬਾਦਸ਼ਾਹ ਜਿਹੜਾ ਫੈਸਟੀਵਲ ਆਸਾਮ ਚ ਮਨਾਇਆ ਜਾਂਦਾ ਹੈ, ਕਿਆ ਵਿਸਾਖੀ ਜਿਹੜਾ ਪੰਜਾਬ ਚ ਮਨਾਇਆ ਜਾਂਦਾ ਹੈ। ਇਹਨਾਂ ਚ ਮੈਨੂੰ ਦੱਸੋ ਕਿਹੜੇ ਸਟੇਟਮੈਂਟ ਮੈਚ ਕਰ ਰਹੀ ਹੈ, ਫਸਟ ਸੈਕਿੰਡ ਥਰਡ ਸੈਕਿੰਡ ਫੋਰਥ ਫਸਟ ਥਰਡ ਫੋਰਥ ਆਲ ਆਫ ਦੀ ਅਬਵ। ਇਹਦੇ ਸਿਰਫ ਦੋ ਸਟੇਟਮੈਂਟ ਮੈਚ ਕਰ ਰਹੀ ਹੈ, ਠੀਕ ਹੈ, ਪੁਥਾਂਦੂ ਤਮਿਲਨਾਡੂ ਚ ਫੈਸਟੀਵਲ ਮਨਾਇਆ ਜਾਂਦਾ ਤੇ ਵਿਸਾਖੀ ਪੰਜਾਬ, ਇਹ ਪਤਾ ਹੀ ਹੋਏਗਾ ਸਾਰਿਆਂ ਨੂੰ, ਠੀਕ ਹੈ, ਤਾਂ ਇਹ ਸਟੇਟਮੈਂਟ ਗਲਤ ਹੋ ਜਾਂਦੀ ਹੈ, ਠੀਕ ਹੈ, ਇਹਨਾਂ ਤਿੰਨਾਂ ਚ ਹੋ ਸਕਦਾ ਸੀ। ਦੈਨ ਠੀਕ ਹੈ, ਤਾਂ ਤੁਸੀਂ ਇੱਕ ਆਪਸ਼ਨ ਦਾ ਆਪਣੇ ਆਪ ਹੀ ਐਲੀਮੀਨੇਟ ਕਰ ਦੋਗੇ, ਵਿਸਾਖੀ ਪੰਜਾਬ 100% ਆਉਣ ਵਾਲੀ ਹੈ ਵਿਸਾਖੀ। ਤਾਂ ਹੁਣ ਆਪਾਂ ਦੇਖਦੇ ਹਾਂ ਕਿ ਵਿਸਾਖੀ ਜੇ ਪੰਜਾਬ ਚ ਮਨਾਇਆ ਜਾਂਦਾ, ਠੀਕ ਹੈ, ਹਿੰਦੂ ਸਿੱਖ ਦੋਨੋਂ ਮਨਾਉਂਦੇ ਨੇ, ਦੈਨ ਉਸ ਤੋਂ ਇਲਾਵਾ ਜੇ ਆਪਾਂ ਦੇਖੀਏ ਖਾਲਸਾ ਪੰਥ ਦੀ ਜਿਹੜੀ ਸਥਾਪਨਾ ਹੋਈ ਸੀ ਉਹ ਵਿਸਾਖੀ ਵਾਲੇ ਦਿਨ ਹੀ ਹੋਈ ਸੀ, ਤੁਹਾਨੂੰ ਪਤਾ ਹੀ ਹੈ ਇਸ ਚੀਜ਼ ਦਾ। ਉਸ ਤੋਂ ਇਲਾਵਾ ਜਿਹੜਾ ਵਿਸ਼ੂ ਹੈ, ਠੀਕ ਹੈ, ਜਿਹੜਾ ਵਿਸ਼ੂ ਹੈ, ਜਿਹੜਾ ਵਿਸ਼ੂ ਫੈਸਟੀਵਲ ਮਨਾਇਆ ਜਾਂਦਾ ਹੈ, ਧਿਆਨ ਚ ਰੱਖ ਲਓ, ਵਿਸ਼ੂ ਫੈਸਟੀਵਲ ਕੇਰਲਾ ਚ ਮਨਾਇਆ ਜਾਂਦਾ ਹੈ।
ਇਹ ਲਿਖ ਲਓ ਤੁਸੀਂ ਵਿਸ਼ੂ ਜਿਹੜਾ ਫੈਸਟੀਵਲ ਹੈ ਕੇਰਲਾ ਵਿੱਚ ਮਨਾਇਆ ਜਾਂਦਾ ਹੈ ਤੁਸੀਂ ਧਿਆਨ ਵਿੱਚ ਰੱਖਣਾ ਹੈ ਦੈਨ ਓਕੇ ਉਸ ਤੋਂ ਇਲਾਵਾ ਕੁਛ ਰੀਜਨ ਹੈ ਕਰਨਾਟਕਾ ਦਾ ਜੇ ਮੈਂ ਯਾਦ ਰੱਖਾਂ ਕੁਛ ਰੀਜਨ ਹੈ ਕਰਨਾਟਕਾ ਦਾ ਤੁਲੂ ਨਾਡੂ 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 ਕਹਿ ਲਓ ਉਸ ਵਿੱਚ ਵੀ ਮਨਾਇਆ ਜਾਂਦਾ ਹੈ ਦੈਨ ਉਸ ਤੋਂ ਇਲਾਵਾ ਕੁਛ ਬਾਰਡਰ ਏਰੀਏ ਤਮਿਲਨਾਡੂ ਉੱਥੇ ਵੀ ਇਹ ਮਨਾਇਆ ਜਾਂਦਾ ਸੋ ਵਿਸ਼ੂ ਕਾਫੀ ਜਗ੍ਹਾਵਾਂ ਤੇ ਮਨਾਇਆ ਜਾਂਦਾ ਤੁਸੀਂ ਧਿਆਨ ਵਿੱਚ ਰੱਖ ਸਕਦੇ ਹੋ ਦੈਨ ਓਕੇ ਤੁਸੀਂ ਧਿਆਨ ਵਿੱਚ ਰੱਖ ਸਕਦੇ ਹੋ ਕਿਹੜੇ ਮਹੀਨੇ ਮਨਾਇਆ ਜਾਂਦਾ ਕੋਈ ਦੱਸ ਸਕਦਾ ਮੈਂ ਕਿਹੜੇ ਮਹੀਨੇ ਮਨਾਇਆ ਜਾਂਦਾ ਜੇ ਦੇਖੀਏ 9th ਮੰਥ ਵਿੱਚ ਜਿਹੜਾ ਨੌਵਾਂ ਮਹੀਨਾ ਹੁੰਦਾ ਉਸ ਉੱਤੇ ਮਨਾਇਆ ਜਾਂਦਾ ਧਿਆਨ ਵਿੱਚ ਰੱਖ ਸਕਦੇ ਹੋ ਦੈਨ ਉਸ ਤੋਂ ਇਲਾਵਾ ਅੱਗੇ ਦੇਖੋ ਰੋਂਗਾਲੀ ਬੀਹੂ ਠੀਕ ਹੈ ਇੱਕ ਹੋਰ ਫੈਸਟੀਵਲ ਹੈ ਉਸ ਤੋਂ ਪਹਿਲਾਂ ਨੱਬਾ ਵਰਸ਼ਾ ਬਾਰੇ ਗੱਲ ਕਰ ਲੈਂਦੇ ਹਾਂ ਠੀਕ ਹੈ ਹੁਣ ਨਾਭਾ ਵਰਸ਼ਾ ਜਿਹੜਾ ਉਹ ਕਿੱਥੇ ਮਨਾਇਆ ਜਾਂਦਾ ਜੇ ਆਪਾਂ ਦੇਖੀਏ ਮੈਨੂੰ ਦੱਸ ਸਕਦੇ ਬੰਗਾਲੀ ਫੈਸਟੀਵਲ ਠੀਕ ਹੈ ਬੰਗਾਲੀ ਫੈਸਟੀਵਲ ਤੁਸੀਂ ਧਿਆਨ ਵਿੱਚ ਰੱਖ ਸਕਦੇ ਹੋ ਦੈਨ ਓਕੇ ਜਿਹੜਾ ਬੰਗਾਲੀ ਦਾ ਨਿਊ ਈਅਰ ਹੁੰਦਾ ਉਸ ਉੱਤੇ ਜਿਹੜਾ ਫੈਸਟੀਵਲ ਆਉਂਦਾ ਹੈ ਸਾਨੂੰ ਦੈਨ ਉਸ ਤੋਂ ਇਲਾਵਾ ਜਿਹੜਾ ਪੁਥਾਂਦੂ ਹੈ ਮੈਂ ਤੁਹਾਨੂੰ ਦੱਸ ਚੁੱਕਾ ਉਹ ਤਮਿਲਨਾਡੂ ਮਨਾਇਆ ਜਾਂਦਾ ਦੈਨ ਓਕੇ ਤੁਸੀਂ ਧਿਆਨ ਵਿੱਚ ਰੱਖ ਸਕਦੇ ਹੋ ਦੈਨ ਉਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਇੱਕ ਚੀਜ਼ ਦੀ ਹੋਰ ਗੱਲ ਕਰ ਰਿਹਾ ਸੀ ਤੁਹਾਨੂੰ ਰੋਂਗਾਲੀ ਬੀਹੂ ਠੀਕ ਹੈ ਰੋਂਗਾਲੀ ਬੀਹੂ ਦੈਨ ਇਹ ਮਨਾਇਆ ਜਾਂਦਾ ਅਸਾਮ ਵਿੱਚ ਠੀਕ ਹੈ ਅਸਾਮ ਦਾ ਪੁੱਛਿਆ ਸੀ ਨਾ ਉਰੇ ਅਸਾਮ ਵਿੱਚ ਰੋਂਗਾਲੀ ਬੀਹੂ ਨਾਮ ਦਾ ਜਿਹੜਾ ਫੈਸਟੀਵਲ ਹੈ ਮਨਾਇਆ ਜਾਂਦਾ ਦੈਨ ਓਕੇ ਜਿਹੜਾ ਅਸਾਮੀ ਨਿਊ ਈਅਰ ਹੁੰਦਾ ਉਸ ਵਕਤ ਜਿਹੜਾ ਫੈਸਟੀਵਲ ਹੈ ਮਨਾਇਆ ਜਾਂਦਾ ਅਗਲਾ ਕੁਐਸਚਨ ਇੱਕ ਸਟੇਟਮੈਂਟ ਦਿੱਤੀ ਹੈ ਉਹਦੇ ਚਾਰ ਆਪਸ਼ਨ ਦਿੱਤੇ ਸਟੇਟਮੈਂਟ ਵਿੱਚ ਕਿਸੇ ਪਰਸਨੈਲਿਟੀ ਬਾਰੇ ਗੱਲ ਕੀਤੀ ਹੈ ਉਸ ਪਰਸਨੈਲਿਟੀ ਨੂੰ ਤੁਹਾਨੂੰ ਪਹਿਚਾਣਨਾ ਦੈਨ ਉਹ ਕਹਿੰਦੇ ਇਹ ਸਾਡੇ 10th ਸਿੱਖ ਗੁਰੂ ਨੇ ਇਹਨਾਂ ਚਾਰ ਆਪਸ਼ਨਾਂ 'ਚ ਕੋਈ ਹੋਣੇ ਦੈਨ ਤੇ ਜਿਨ੍ਹਾਂ ਨੇ ਸਿੱਖੀਜ਼ਮ ਵਿੱਚ ਬਹੁਤ ਕੰਟਰੀਬਿਊਸ਼ਨ ਕੀਤਾ ਜਿਨ੍ਹਾਂ ਨੇ ਮਤਲਬ ਇੱਕ ਪ੍ਰੋਪਰ ਖਾਲਸਾ ਪੰਥ ਦੀ ਸਿਰਜਣਾ ਕੀਤੀ 1699 ਵਿੱਚ ਤੇ ਉਸ ਤੋਂ ਇਲਾਵਾ ਉਹਨਾਂ ਨੇ 5 ਕੇਐਸ ਇਹ ਵੀ ਉਸਨੂੰ ਦੱਸਿਆ ਕੇਐਸ ਕਿਸ ਦਾ ਕੀ ਮਤਲਬ ਹੋ ਗਿਆ ਦੈਨ ਉਹ ਵੀ ਉਹਨਾਂ ਨੇ ਇੰਟਰੋਡਿਊਸ ਕੀਤੇ ਉਸ ਤੋਂ ਇਲਾਵਾ ਉਹਨਾਂ ਨੇ ਮਤਲਬ ਇਨ ਦਾ ਐਂਡ ਦਸਾਂ ਗੁਰੂਆਂ ਤੋਂ ਬਾਅਦ ਇਨ ਦਾ ਐਂਡ ਮਤਲਬ ਜਿਹੜਾ ਫਾਈਨਲਸ ਗੁਰੂ ਕਹਾਏ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਹਾਇਆ ਦੈਨ ਉਹਨਾਂ ਨੂੰ ਹੀ ਉਹਨਾਂ ਨੇ ਆਪਣਾ ਇੰਟਰਨਲ ਗੁਰੂ ਵੀ ਮੰਨਿਆ ਕਿਆ ਇਹ ਸਟੇਟਮੈਂਟ ਵਿੱਚ ਕਿਸ ਆਪਾਂ ਪਰਸਨੈਲਿਟੀ ਦੀ ਕਿਸ ਐਸੇ ਪਾਤਸ਼ਾਹ ਜੀ ਦੀ ਕਿਹਨਾਂ ਦੀ ਗੱਲ ਕਰ ਰਹੇ ਹਾਂ ਆਪਾਂ ਗੁਰੂ ਅੰਗਦ ਦੇਵ ਜੀ ਦੀ ਗੁਰੂ ਅਰਜਨ ਦੇਵ ਜੀ ਦੀ ਗੁਰੂ ਤੇਗ ਬਹਾਦਰ ਜੀ ਦੀ ਗੁਰੂ ਗੋਬਿੰਦ ਸਿੰਘ ਜੀ ਦੀ ਕੋਈ ਦੱਸ ਸਕਦਾ ਮੈਂ ਕਿਹਨਾਂ ਦੀ ਗੱਲ ਕਰ ਰਹੇ ਹਾਂ ਬਹੁਤ ਆਸਾਨ ਕੁਐਸਚਨ ਹੈ ਗੁਰੂ ਗੋਬਿੰਦ ਸਿੰਘ ਜੀ ਦੇਖੋ ਮੈਂ ਉਰੇ ਕੁਐਸਚਨ ਪਾਣਾ ਮਤਲਬ ਇਹ ਕਿ ਤੁਹਾਨੂੰ ਇਵੇਂ ਪਰਸਨੈਲਿਟੀ ਬੇਸ ਕੁਐਸਚਨ ਵੀ ਆ ਸਕਦਾ ਠੀਕ ਹੈ ਪਰਸਨੈਲਿਟੀ ਬੇਸ ਕੁਐਸਚਨ ਵੀ ਆ ਸਕਦਾ ਦੈਨ ਇਹ ਸਾਡੇ 10ਵੇਂ ਗੁਰੂ ਸਨ ਠੀਕ ਹੈ 10ਵੇਂ ਗੁਰੂ ਸਨ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ 10ਵੇਂ ਗੁਰੂ ਸਨ ਇਹਨਾਂ ਦਾ ਜਨਮ ਜਿਹੜਾ ਪਟਨਾ ਬਿਹਾਰ ਵਿੱਚ ਹੋਇਆ ਦਸੰਬਰ 2 1964 ਦੈਨ ਓਕੇ ਕਈ ਵਾਰੀ ਸਮਟਾਈਮ ਇਹਨਾਂ ਦਾ ਜਨਮ ਦਸੰਬਰ 'ਚ ਵੀ ਆ ਜਾਂਦਾ ਜਨਵਰੀ 'ਚ ਵੀ ਆ ਜਾਂਦਾ ਆਪਾਂ ਨੂੰ ਇਹਨਾਂ ਚੀਜ਼ਾਂ ਵੱਲ ਧਿਆਨ ਨਹੀਂ ਦੇਣਾ ਉਹ ਨਾਨਕਸ਼ਾਹ ਕੈਲੰਡਰ ਦੇ ਮੁਤਾਬਿਕ ਬੇਸ ਹੁਣ ਜਿਹੜੀ ਐਨੂਅਲ ਸੈਲੀਬ੍ਰੇਸ਼ਨ ਬਦਲਦੀ ਰਹਿੰਦੀ ਹੈ ਇਹ ਤੁਸੀਂ ਧਿਆਨ 'ਚ ਰੱਖ ਸਕਦੇ ਹੋ ਠੀਕ ਹੈ ਤੇ 9 ਸਾਲ ਦੀ ਉਮਰ ਸੀ ਇਹਨਾਂ ਦੇ ਫਾਦਰ ਜੀ ਦੇ ਮਤਲਬ ਸ਼ਹੀਦੀ ਪ੍ਰਾਪਤ ਕਰ ਲਈ ਸੀ ਤੁਹਾਨੂੰ ਪਤਾ ਹੀ ਇਸ ਚੀਜ਼ ਦਾ ਉਸ ਤੋਂ ਇਲਾਵਾ ਜੇ ਆਪਾਂ ਦੇਖੀਏ ਤੁਹਾਡੇ ਲਈ ਕੁਐਸਚਨ ਹੈ ਮੈਨੂੰ 5 KS ਬਾਰੇ ਦੱਸ ਸਕਦਾ ਕੋਈ ਇਹਦੇ ਬਾਰੇ ਕਮੈਂਟ ਸੈਕਸ਼ਨ ਦੱਸੋ ਬਹੁਤ ਹੀ ਆਸਾਨ ਕੁਐਸਚਨ ਹੈ ਦੈਨ ਓਕੇ ਤੁਸੀਂ ਧਿਆਨ ਵਿੱਚ ਰੱਖ ਸਕਦੇ ਠੀਕ ਹੈ ਚਲੋ ਇਹਨਾਂ ਦੀ ਇੱਕ ਬੈਟਲ ਸੀ ਮੁਕਤਸਰ ਦੀ ਉਹ ਵੀ ਬੜੀ ਮਸ਼ਹੂਰ ਮੈਗਾ ਬੈਟਲ ਸੀ 1705 ਦੀ ਉਹ ਵੀ ਤੁਹਾਨੂੰ ਯਾਦ ਰੱਖਣੀ ਦੈਨ ਓਕੇ ਤੇ ਉਸ ਤੋਂ ਇਲਾਵਾ ਜੇ ਆਪਾਂ ਦੇਖੀਏ ਹੋਰ ਇਹਨਾਂ ਬਾਰੇ ਕਾਫੀ ਕੁਛ ਹੈ ਉਹ ਤੁਸੀਂ ਪੜ੍ਹ ਸਕਦੇ ਹੋ ਬਟ ਇਹਨਾਂ ਨੂੰ ਤੁਹਾਨੂੰ ਮੈਂ ਦੱਸਤਾ ਦੈਨ ਚਲੋ ਉਸ ਤੋਂ ਇਲਾਵਾ ਹੁਣ ਇੱਕ ਕਹਿੰਦੇ ਫਲੋਰ ਟੈਸਟ ਦਾ ਜਿਹੜਾ ਕਨਸੈਪਟ ਹੈ ਫਲੋਰ ਟੈਸਟ ਦਾ ਨਾਮ ਸੁਣਿਆ ਤੁਹਾਨੇ ਨਿਊਜ਼ 'ਚ ਪੜ੍ਹਦੇ ਹੋਣੇ ਪੋਲੀਟੀਕਲ ਹਿਲਾਉਣ ਵਾਲਾ ਹੈ ਪੋਲੀਟੀਕਲ ਸਿਸਟਮ ਨੂੰ ਹਿਲਾਉਣ ਵਾਲਾ ਹੈ ਫਲੋਰ ਟੈਸਟ ਸਰਕਾਰ ਗਿਰਾਉਣ ਲਈ ਜਾਂ ਸਰਕਾਰ ਨੂੰ ਬਚਾਉਣ ਲਈ ਟੈਸਟ ਕੀਤਾ ਜਾਂਦਾ ਫਲੋਰ ਟੈਸਟ ਪਹਿਲੀ ਵਾਰੀ ਇਹ ਕਨਸੈਪਟ 1994 ਵਿੱਚ ਕਿਸ ਕੇਸ ਦੇ ਥਰੂ ਆਇਆ ਸਾਹਮਣੇ ਦੇਖੋ ਉਹਨਾਂ ਨੇ ਕੁਐਸਚਨ ਕੀ ਪੁੱਛ ਲਿਆ ਕਿ ਜਿਹੜਾ ਫਲੋਰ ਟੈਸਟ ਦਾ ਕਨਸੈਪਟ ਹੈ ਠੀਕ ਹੈ ਇਸਦਾ ਕਨਸੈਪਟ ਨਾਲ ਕੀ ਹੁੰਦਾ ਕਿ ਸਰਕਾਰ ਜਾਂ ਤਾਂ ਬਣੀ ਰਹਿ ਸਕਦੀ ਹੈ ਜਾਂ ਤਾਂ ਗਿਰ ਸਕਦੀ ਹੈ ਸਮਝ ਗਏ ਜਾਂ ਤਾਂ ਬਣੀ ਰਹਿ ਸਕਦੀ ਹੈ ਜਾਂ ਤਾਂ ਗਿਰ ਸਕਦੀ ਹੈ ਇਹ ਟੈਸਟ ਹੁੰਦਾ ਇੱਕ ਠੀਕ ਹੈ ਓਬਵੀਅਸਲੀ ਹੈ ਕਿ ਆਪਾਂ ਵਿਧਾਨ ਸਭਾ ਵਿੱਚ ਕਰਾਂਗੇ ਦੈਨ ਤਾਂ ਕਹਿੰਦੇ ਪਹਿਲੀ ਵਾਰੀ ਮਤਲਬ ਕਨਸੈਪਟ ਆਇਆ ਸੀ 1994 ਵਿੱਚ ਇੱਕ ਕੇਸ ਹੋਇਆ ਸੀ ਉਸਦੀ ਜਜਮੈਂਟ ਦੇ ਦੌਰਾਨ ਇਹ ਫੈਸਲਾ ਨਿਕਲ ਕੇ ਸਾਹਮਣੇ ਆਇਆ ਸੀ ਉਹ ਕਿਹੜਾ ਕੇਸ ਸੀ ਜਿਹੜਾ ਫੇਮਸ ਕੇਸ ਸੀ ਮਿਨਰਵਲਾ ਮਿਲਸ ਕੇਸ ਕੋਪਰ ਕੇਸ ਜਗਦੰਬਿਕਾ ਪਾਲ ਕੇਸ SR ਮੁੰਬਈ ਕੇਸ ਕੋਈ ਦੱਸ ਸਕਦਾ ਨੂੰ ਕਿਹੜਾ ਕੇਸ ਜਿਸ ਦੇ ਆਧਾਰ ਤੇ ਇਹ ਨਿਕਲ ਕੇ ਸਾਹਮਣੇ ਆਇਆ ਸੀ
ਇਹਦਾ ਆਨਸਰ ਆਏਗਾ ਐਸਆਰ ਮੁੰਬਈ ਕੇਸ। ਇਸ ਵਿੱਚ ਕੀ ਹੋਇਆ ਜੇ ਮੈਂ ਦੇਖਾਂ ਜਨਤਾ ਪਾਰਟੀ ਜਿਸ ਨੇ ਮੁੰਬਈ ਜਿਹੜੇ ਸਨ ਲੀਡ ਕਰ ਰਹੇ ਸਨ ਤਾਂ ਇਹਨਾਂ ਉੱਪਰ ਮਤਲਬ ਇਹ ਆਰੋਪ ਲੱਗਿਆ ਕਿ ਇਹ ਇਹਨਾਂ ਦੀ ਸਰਕਾਰ ਵਿੱਚ ਮੈਜੋਰਟੀ ਨਹੀਂ ਰਹੀ ਹੈ, ਠੀਕ ਹੈ, ਜਿਸ ਕਰਕੇ ਇਹਨਾਂ ਸਰਕਾਰ ਗਿਰ ਜਾਣੀ ਚਾਹੀਦੀ ਹੈ, ਠੀਕ ਹੈ। ਮਗਰ ਉਸ ਵਕਤ ਫਿਰ ਮੁੰਬਈ ਸਾਹਿਬ ਜਿਹੜੇ ਸਨ ਉਹ ਸੁਪਰੀਮ ਕੋਰਟ ਲੈ ਕੇ ਕੇਸ, ਠੀਕ ਹੈ, ਉਸ ਵਿੱਚ ਇਹ ਫੈਸਲਾ ਲਿਖਿਆ ਕਿ ਕਿਸੇ ਸਰਕਾਰ ਨੂੰ ਗਿਰਾਉਣ ਲਈ ਤੁਹਾਨੂੰ ਇੱਕ ਫਲੋਰ ਟੈਸਟ ਕਰਨਾ ਬਹੁਤ ਜ਼ਰੂਰੀ ਹੈ, ਸਮਾਂ ਦੇਣਾ ਬਹੁਤ ਜ਼ਰੂਰੀ ਹੈ। ਮੰਨ ਲਓ ਤੁਹਾਨੂੰ ਅੱਜ ਲੱਗ ਰਿਹਾ ਕਿਸੇ ਸਰਕਾਰ ਕੋਲ ਮੈਜੋਰਟੀ ਨਹੀਂ ਹੈ, ਤੁਸੀਂ ਗਵਰਨਰ ਕੋਲ ਟੈਸਟ ਪਾਉਂਗੇ, ਜੇ ਗਵਰਨਰ ਨੂੰ ਲੱਗਦਾ ਤਾਂ ਗਵਰਨਰ ਉਹਨਾਂ ਨੂੰ ਕਹੇਗਾ ਤੁਸੀਂ ਫਲੋਰ ਟੈਸਟ ਕਰਵਾ ਲਓ, ਠੀਕ ਹੈ, ਫਲੋਰ ਟੈਸਟ ਕਰਨਾ ਹੈ ਤਾਂ ਉਹਦੇ ਲਈ ਇੱਕ ਡੇਟ ਦੇ ਦੇਗਾ, ਸਮਾਂ ਦੇਗਾ ਇਸ ਦੀ ਫਲੋਰ ਟੈਸਟ ਕਰਵਾ ਲਓ। ਇਵੇਂ ਵੀ ਮੰਨ ਲਓ ਚੋਣਾਂ ਹੋਈਆਂ ਕਿਸੇ ਕੋਲ ਮੈਜੋਰਟੀ ਨਹੀਂ ਆਈ, ਡਨ, ਤਾਂ ਜਿਹੜੀ ਹਾਈਐਸਟ ਜਿਸ ਕੋਲ ਸੀਟਸ ਹੁੰਦੀਆਂ ਉਹਨੂੰ ਕਹੇਗਾ ਕਿ ਆਓ ਤੁਸੀਂ ਸ਼ਪਥ ਲਓ ਸੀਐਮ, ਠੀਕ ਹੈ, ਤੇ ਆਪਣੇ ਕਾਉਂਸਲ ਆਫ ਮਿਨਿਸਟਰ ਦੀ, ਤੇ ਤੁਹਾਨੂੰ ਇੱਕ ਦਿਨ ਦੇ ਰਹੇ ਹਾਂ ਆਪਾਂ, ਡੇਟ ਦੇ ਰਹੇ ਹਾਂ, ਇਸੇ ਦਿਨ ਜਾ ਕੇ ਤੁਸੀਂ ਫਲੋਰ ਟੈਸਟ ਕਰਨਾ ਵਿਧਾਨ ਸਭਾ ਵਿੱਚ, ਡਨ। ਤਾਂ ਇਹ ਕਿਹੜਾ ਫੇਮਸ ਕੇਸ ਸੀ? ਐਸਆਰ ਮੁੰਬਈ ਕਹਿ ਲਓ ਕੇਸ ਸੀ, ਡਨ, ਓਕੇ। ਹੁਣ ਉਸ ਤੋਂ ਇਲਾਵਾ ਅੱਗੇ ਦੇਖੋ, ਤੁਹਾਨੂੰ ਜੇ ਮੈਪ ਸਹੀ ਤਰੀਕੇ ਨਾਲ ਪੜ੍ਹਦੇ ਹੋ ਤਾਂ ਸਾਊਥ ਤੋਂ ਨੌਰਥ ਵਿੱਚ ਕਰਦਿਆਂ ਹੋਇਆ ਇਹਨਾਂ ਜਗ੍ਹਾਵਾਂ ਨੂੰ ਤੁਹਾਨੂੰ ਰੱਖਣਾ, ਡਨ। ਤਾਂ ਮੈਨੂੰ ਦੱਸੋ ਸੀਕੁਐਂਸ ਵਾਈਜ਼ ਕਿਹੜਾ ਪਹਿਲੇ ਆਏਗਾ ਸਾਊਥ ਤੋਂ ਨੌਰਥ ਜਾਂਦੇ ਹੋਇਆ, ਕਿਹੜਾ ਦੂਸਰੇ ਨੰਬਰ ਤੇ ਆਏਗਾ, ਕਿਹੜਾ ਤੀਸਰਾ, ਕਿਵੇਂ ਆਏਗਾ, ਡਨ। ਬੇਜਿੰਗ ਹੈ, ਨਾਗਾਸਾਕੀ ਹੈ, ਸ਼ੰਘਾਈ ਰਿਵੀਜ਼ਨ ਹੈ, ਹੋਂਗਕੋਂਗ ਹੈ। ਤਾਂ ਇਹਨਾਂ ਸੀਕੁਐਂਸ ਚ ਰੱਖਣਾ ਤੁਹਾਨੂੰ ਸਾਊਥ ਤੋਂ ਨੌਰਥ ਵਿੱਚ, ਸਾਊਥ ਤੋਂ ਨੌਰਥ ਮੈਪ ਦੇ ਥਰੂ। ਦੱਸੋ ਮੈਨੂੰ ਕਿਹੜਾ ਆਪਸ਼ਨ ਲੱਗੇਗਾ, ਇਹਦਾ ਆਨਸਰ ਆਏਗਾ ਸੀ। ਪਹਿਲੇ ਆਏਗਾ ਹੋਂਗਕੋਂਗ, ਠੀਕ ਹੈ, ਫਿਰ ਸ਼ੰਘਾਈ ਰਿਵੀਜ਼ਨ, ਦੈਨ ਫਿਰ ਉਸ ਤੋਂ ਬਾਅਦ ਆਏਗਾ ਨਾਗਾਸਾਕੀ, ਦੈਨ ਫਿਰ ਇੱਕ ਆਏਗਾ ਬੀਜਿੰਗ। ਤੁਹਾਡੇ ਲਈ ਹੋਮਵਰਕ ਹੈ, ਇਸ ਨੂੰ ਮੈਪ 'ਚ ਜਾ ਕੇ ਜ਼ਰੂਰ ਦੇਖਣਾ, ਦੈਨ ਓਕੇ, ਇਸ ਨੂੰ ਤੁਸੀਂ ਮੈਪ 'ਚ ਜਾ ਕੇ ਜ਼ਰੂਰ ਦੇਖਣਾ, ਦੈਨ ਓਕੇ, ਸਮਝ ਰਹੇ ਹੋ, ਦੈਨ ਚਲੋ। ਉਸ ਤੋਂ ਇਲਾਵਾ ਅੱਗੇ ਦੇਖੋ ਇੱਕ ਕੁਐਸਚਨ ਤੁਹਾਨੂੰ ਮੈਂ ਪੁੱਛ ਰਿਹਾ, ਆਸ਼ੀਆਨ, ਠੀਕ ਹੈ, ਇਹਦੀ ਫੁੱਲ ਫਾਰਮ ਕੀ ਹੈ, ਕੋਈ ਦੱਸ ਸਕਦਾ ਮੈਨੂੰ? ਦੱਸੋ ਮੈਨੂੰ, ਬਹੁਤ ਆਸਾਨ ਕੁਐਸਚਨ ਹੈ। ਦੇਖੋ ਏ ਤੋਂ ਮਤਲਬ ਐਸੋਸੀਏਸ਼ਨ, ਐਸ ਤੋਂ ਮਤਲਬ ਸਾਊਥ ਈਸਟ, ਠੀਕ ਹੈ, ਐਸੋਸੀਏਸ਼ਨ ਆਫ ਸਾਊਥ ਈਸਟ, ਠੀਕ ਹੈ, ਐਸ ਈ ਦਾ ਮਤਲਬ, ਦੈਨ ਉਸ ਤੋਂ ਇਲਾਵਾ ਏ ਦਾ ਮਤਲਬ ਆ ਜਾਏਗਾ ਜੇ ਆਪਾਂ ਦੇਖੀਏ, ਏ ਦਾ ਮਤਲਬ ਕੀ ਆ ਜਾਏਗਾ ਆਪਣਾ, ਦੱਸੋ ਮੈਨੂੰ, ਏਸ਼ੀਅਨ ਨੇਸ਼ਨਸ, ਐਨ ਆ ਰਹੇਗਾ ਨੇਸ਼ਨਸ, ਦੈਨ ਓਕੇ। ਇਹਨਾਂ ਦੇ ਫਾਊਂਡਿੰਗ ਮੈਂਬਰ ਪਤਾ ਕੌਣ ਕੌਣ ਸੀ? ਸ਼ੁਰੂਆਤ ਵਿੱਚ ਇੰਨੇ ਮੈਂਬਰ ਨਹੀਂ ਸੀ, 10 ਮੈਂਬਰ ਨਹੀਂ ਸੀ ਜਿੰਨੇ ਅੱਜ ਦੇਖਣ ਨੂੰ ਮਿਲਦੇ। ਸ਼ੁਰੂਆਤ ਵਿੱਚ ਕਿੰਨੇ ਮੈਂਬਰ ਸੀ? ਇੰਡੋਨੇਸ਼ੀਆ ਸੀ ਫਾਊਂਡਿੰਗ ਮੈਂਬਰ, ਮਿਆਨਮਾਰ ਸੀ, ਠੀਕ ਹੈ, ਆਈ ਥਿੰਕ ਲਾਓਸ ਸੀ, ਦੈਨ ਲਾਓਸ, ਦੈਨ ਉਸ ਤੋਂ ਇਲਾਵਾ ਸਿੰਗਾਪੁਰ, ਥਾਈਲੈਂਡ, ਬਾਅਦ ਵਿੱਚ ਹੌਲੀ ਹੌਲੀ ਮੈਂਬਰ ਜੁੜਦੇ ਗਏ, ਦੈਨ ਕੈਸ ਆਈ ਥਿੰਕ ਸੋ, ਦੈਨ ਉਸ ਤੋਂ ਇਲਾਵਾ ਜੇ ਆਪਾਂ ਦੇਖੀਏ ਹੋਰ ਇਸਦੇ ਬਾਰੇ ਜਾਣਕਾਰੀ ਜਿਹੜੀ ਹੈ ਤੁਸੀਂ ਜਾਣਕਾਰੀ ਹਾਸਿਲ ਕਰ ਸਕਦੇ ਹੋ ਕਿ ਜਿਹੜੀ ਇਹਨਾਂ ਦੀ ਚੇਅਰਮੈਨਸ਼ਿਪ ਹੈ, ਸਭ ਤੋਂ ਵੱਡੀ ਗੱਲ ਜਿਹੜੀ ਇਹਨਾਂ ਦੀ ਚੇਅਰਮੈਨਸ਼ਿਪ ਹੈ ਉਹ ਅਲਫਾਬੈਟਿਕਲ ਆਰਡਰ ਵਾਈਜ਼ ਜਿਵੇਂ ਇਹਨਾਂ ਦੇ ਮੈਂਬਰ ਆ ਉਹ ਰੋਟੇਟ ਹੁੰਦੀ ਰਹਿੰਦੀ ਹੈ ਹਰੇਕ ਸਾਲ, ਤੁਸੀਂ ਧਿਆਨ ਵਿੱਚ ਰੱਖ ਸਕਦੇ ਹੋ, ਡਨ ਓਕੇ। ਤੇ ਇਸ ਵਿੱਚ ਇੱਕ ਚੀਜ਼ ਧਿਆਨ 'ਚ ਰੱਖਣਾ, ਆਈ ਥਿੰਕ ਇੰਡੋਨੇਸ਼ੀਆ, ਮਲੇਸ਼ੀਆ, ਠੀਕ ਹੈ, ਮਿਆਨਮਾਰ ਨਹੀਂ ਹੋਏਗਾ, ਮਲੇਸ਼ੀਆ ਹੋਏਗਾ, ਤੁਸੀਂ ਧਿਆਨ 'ਚ ਰੱਖਣਾ ਮਲੇਸ਼ੀਆ, ਲਾਓਸ ਨਹੀਂ ਹੋਏਗਾ, ਫਿਲੀਪੀਨਸ, ਮੈਂ ਗਲਤ ਬੋਲ ਰਿਹਾ, ਇੰਡੋਨੇਸ਼ੀਆ, ਮਲੇਸ਼ੀਆ, ਫਿਲੀਪੀਨਸ, ਸਿੰਗਾਪੁਰ, ਥਾਈਲੈਂਡ, ਦੈਨ ਇਹ ਇਹਨਾਂ ਦੇ ਫਾਊਂਡਿੰਗ ਮੈਂਬਰਸ, ਇਸ ਧਿਆਨ 'ਚ ਰੱਖ ਸਕਦੇ, ਡਨ। ਚਲੋ ਅਗਲਾ ਕੁਸ਼ਚਨ ਨਾਲਸਾ ਨੂੰ ਲੈ ਕੇ ਕੁਸ਼ਚਨ ਹੈ, ਠੀਕ ਹੈ, ਨਾਲਸਾ ਬਾਰੇ ਪੜ੍ਹਿਆ ਹੋਣਾ, ਨੈਸ਼ਨਲ ਲੀਗਲ ਸਰਵਿਸ ਅਥਾਰਟੀ, ਪਹਿਲਾਂ ਕਹਿ ਰਹੇ ਨੇ ਇਸ ਨੂੰ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਐਕਟ 1997 ਦੇ ਥਰੂ ਸਟੈਬਲਿਸ਼ ਕੀਤਾ ਗਿਆ, ਦੈਨ ਜੋ ਕਰਦਾ ਕੀ ਹੈ, ਫ੍ਰੀ ਲੀਗਲ ਸਰਵਿਸ ਪ੍ਰੋਵਾਈਡ ਕਰਦਾ ਜਿਹੜੇ ਵੀਕਰ ਸੈਕਸ਼ਨ ਦੇ ਲੋਕ ਨੇ ਸਾਡੇ ਸਮਾਜ ਵਿੱਚ, ਜਿਹੜੇ ਵੀਕਰ ਸੈਕਸ਼ਨਸ ਨੇ ਜਿਨ੍ਹਾਂ ਕੋਲ ਪੈਸੇ ਦੀ ਬਹੁਤ ਤੰਗੀ ਹੈ, ਬਹੁਤ ਗਰੀਬ ਨੇ, ਉਹਨਾਂ ਨੂੰ ਫ੍ਰੀ ਲੀਗਲ ਸਰਵਿਸ, ਹੋਰ ਵੀ ਜਿਹੜੀ ਫੀਸ ਤੇ ਚਾਰਜ ਹੁੰਦੇ ਨੇ ਉਹਨਾਂ ਨੂੰ ਉਸ ਤੋਂ ਰਾਹਤ ਦੇਣ ਲਈ, ਤਾਂ ਕਿ ਉਹ ਆਪਣੇ ਹੱਕਾਂ ਦੀ ਰਾਖੀ ਕਰ ਸਕਣ, ਆਪਣੇ ਹੱਕ ਲਈ ਲੜ ਸਕਣ ਤੇ ਉਹਨਾਂ ਨੂੰ ਆਪਣਾ ਰਾਈਟ ਮਿਲ ਸਕੇ, ਤਾਂ ਉਹਨਾਂ ਨੂੰ ਇਸ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਦੇ ਥਰੂ ਕੁਝ ਸਰਵਿਸਿਸ ਫ੍ਰੀ ਮਿਲਦੀਆਂ, ਜਿਵੇਂ ਕਿ ਇਹਨਾਂ ਕੋਲ ਕਿਹੜਾ ਵਕੀਲ ਹੈ ਉਹ ਇਹਨਾਂ ਵੱਲੋਂ ਹਾਇਰ ਕਰਕੇ ਦਿੱਤਾ ਜਾਂਦਾ, ਠੀਕ ਹੈ, ਕਿਆ ਪਹਿਲੇ ਸਟੇਟਮੈਂਟ ਠੀਕ ਹੈ। ਉਸ ਤੋਂ ਇਲਾਵਾ ਕਹਿੰਦੇ ਇਸ ਅਥਾਰਟੀ ਦੇ
ਜਿਹੜੇ ਚੀਫ ਹੁੰਦੇ ਨੇ ਪੈਟਰਨ ਚੀਫ ਹੁੰਦੇ ਨੇ ਉਹ ਚੀਫ ਜਸਟਿਸ ਹੁੰਦੇ ਨੇ ਹਾਈ ਕੋਰਟ ਦੇ ਕਿਆ ਸਟੇਟਮੈਂਟ ਠੀਕ ਹੈ ਉਸ ਤੋਂ ਇਲਾਵਾ ਦੈਨ ਨਾਸਾ ਦਾ ਜਿਹੜਾ ਅਫੀਸ਼ੀਅਲ ਲੈਟਰ ਹੁੰਦਾ ਆਉਂਦਾ ਨਿਆਂਦੀਪ ਨਿਆਂਦੀਪ ਕਿਆ ਸਟੇਟਮੈਂਟ ਠੀਕ ਹੈ ਤਿੰਨੋਂ ਸਟੇਟਮੈਂਟ ਧਿਆਨ ਨਾਲ ਪੜ੍ਹਦੇ ਹੋਏ ਮੈਨੂੰ ਦੱਸੋ ਫਸਟ ਐਂਡ ਸੈਕਿੰਡ ਠੀਕ ਹੈ ਸੈਕਿੰਡ ਐਂਡ ਥਰਡ ਠੀਕ ਹੈ ਫਸਟ ਐਂਡ ਥਰਡ ਠੀਕ ਹੈ ਆਲ ਆਫ ਦੀ ਵਰਡ ਇਹਦਾ ਆਸਰ ਆਏਗਾ ਦੇਖੋ ਦੂਜੀ ਸਟੇਟਮੈਂਟ ਜੇ ਤੁਹਾਨੂੰ ਧਿਆਨ ਨਾਲ ਪੜ੍ਹੀ ਹੋਵੇ ਨਿਊਜ਼ ਪੜ੍ਹਦੇ ਹੋ ਤਾਂ ਸੀ ਆਪਸ਼ਨ ਬਣੇਗਾ ਦੈਨ ਚੀਫ ਜਸਟਿਸ ਆਫ ਹਾਈ ਕੋਰਟ ਦੇ ਨਹੀਂ ਹੁੰਦੇ ਦੈਨ ਓਕੇ ਆਪਣੇ ਜਿਹੜੇ ਚੀਫ ਜਸਟਿਸ ਆਫ ਇੰਡੀਆ ਨੇ ਨਾ ਇੰਡੀਆ ਇੰਡੀਆ ਉਹ ਇਹਨਾਂ ਦੇ ਚੀਫ ਹੁੰਦੇ ਨੇ ਨਾਲ ਸਰ ਤੁਸੀਂ ਧਿਆਨ ਵਿੱਚ ਰੱਖ ਸਕਦੇ ਹੋ ਦੈਨ ਓਕੇ ਤੁਸੀਂ ਧਿਆਨ ਵਿੱਚ ਰੱਖਣਾ ਦੈਨ ਚਲੋ ਉਸ ਤੋਂ ਇਲਾਵਾ ਅਗਲਾ ਲੋਕ ਅਦਾਲਤ ਬਾਰੇ ਦੈਨ ਲੋਕ ਅਦਾਲਤ ਪਹਿਲੇ ਸਟੇਟਮੈਂਟ ਕਹਿ ਰਹੇ ਨੇ ਇਹਨਾਂ ਨੂੰ ਸਟੈਚੂਟਰੀ ਸਟੇਟਸ ਦਿੱਤਾ ਗਿਆ ਕਿਸ ਐਕਟ ਦੇ ਥਰੂ ਨੈਸ਼ਨਲ ਲੀਗਲ ਸਰਵਿਸ ਅਥਾਰਟੀਸ ਐਕਟ ਦੇ ਥਰੂ 1987 ਦੇ ਥਰੂ ਕਿਆ ਸਟੇਟਮੈਂਟ ਠੀਕ ਹੈ ਦੂਜਾ ਕਹਿੰਦੇ ਇਸ ਵਿੱਚ ਜੇ ਲੋਕ ਅਦਾਲਤ ਵਿੱਚ ਆਪਾਂ ਨੇ ਕੋਈ ਮਤਲਬ ਅਪੀਲ ਪਾਣੀ ਹੈ ਕੋਈ ਕੇਸ ਦਰਜ ਕਰਨਾ ਉਹਦੇ ਲਈ ਸਾਨੂੰ ਇੱਕ ਨਾਰਮਲ ਫੀ ਪੇ ਕਰਨੀ ਪੈਂਦੀ ਹੈ ਕਿਆ ਸਟੇਟਮੈਂਟ ਠੀਕ ਹੈ ਤੀਜਾ ਕਹਿੰਦੇ ਜਿਹੜਾ ਲੋਕ ਅਦਾਲਤ ਦਾ ਡਿਸੀਜਨ ਹੁੰਦਾ ਉਹ ਬਾਈਂਡਿੰਗ ਹੁੰਦਾ ਮਤਲਬ ਕਿ ਉਸ ਤੋਂ ਤੁਸੀਂ ਬਚ ਨਹੀਂ ਸਕਦੇ ਪਾਰਟੀ ਦੇ ਉੱਪਰ ਦੈਨ ਓਕੇ ਸਮਝ ਰਹੇ ਹੋ ਉਸ ਤੋਂ ਇਲਾਵਾ ਕਹਿੰਦੇ ਜੇ ਪਾਰਟੀ ਸੈਟੀਸਫਾਈ ਨਹੀਂ ਹੁੰਦੀਆਂ ਇਸ ਲੋਕ ਅਦਾਲਤ ਦੇ ਪ੍ਰੋਵੀਜ਼ਨ ਤੋਂ ਠੀਕ ਹੈ ਜਿਹੜਾ ਵੀ ਲੋਕ ਅਦਾਲਤ ਦਾ ਫੈਸਲਾ ਨਿਕਲ ਕੇ ਆਉਂਦਾ ਤਾਂ ਉਹ ਮਤਲਬ ਉਹਨਾਂ ਕੋਲ ਕੋਈ ਰਾਈਟ ਨਹੀਂ ਹੈ ਕਿ ਉਹ ਇਸ ਅਵਾਰਡ ਦੇ ਖਿਲਾਫ ਕੋਈ ਮਤਲਬ ਅਪੀਲ ਕਰ ਸਕਣ ਉਹ ਕਿੱਥੇ ਹੋਰ ਉੱਪਰ ਅਪੀਲ ਕਰ ਸਕਣ ਕਿਆ ਸਟੇਟਮੈਂਟ ਠੀਕ ਹੈ ਚਾਰੋ ਸਟੇਟਮੈਂਟ ਨੂੰ ਧਿਆਨ ਨਾਲ ਪੜ੍ਹਦੇ ਹੋਏ ਮੈਨੂੰ ਦੱਸੋ ਫਸਟ ਐਂਡ ਥਰਡ ਫਸਟ ਸੈਕਿੰਡ ਫੋਰਥ ਫਸਟ ਥਰਡ ਫੋਰਥ ਆਲ ਆਫ ਦੀ ਬੋਲ ਚੱਲੀ ਦੱਸੋ ਦੇਖੋ ਇਹਦਾ ਆਨਸਰ ਆਏਗਾ ਆਪਣਾ ਫੀਸ ਪੇਬਲ ਦੀ ਗੱਲ ਗਲਤ ਹੈ ਸੈਕਿੰਡ ਆਪਸ਼ਨ ਗਲਤ ਹੋ ਗਿਆ ਠੀਕ ਹੈ ਤਾਂ ਇਹਦਾ ਆਨਸਰ ਹੈ ਦੋ ਆਪਸ਼ਨ ਬਚੀਆਂ ਹਾਂ ਫੋਰਥ ਠੀਕ ਹੈ ਠੀਕ ਹੈ ਤੁਸੀਂ ਦੇਖੋ ਸਭ ਤੋਂ ਵੱਡੀ ਗੱਲ ਕੀ ਹੈ ਜੇ ਲੋਕ ਅਦਾਲਤ ਤੁਹਾਡਾ ਕੇਸ ਚਲਾ ਗਿਆ ਤੁਸੀਂ ਉਸਦੇ ਖਿਲਾਫ ਉੱਪਰ ਅਪੀਲ ਨਹੀਂ ਕਰ ਸਕਦੇ ਜੇ ਜੋ ਵੀ ਫੈਸਲਾ ਆਇਆ ਦੈਨ ਤਾਂ ਫਸਟ ਥਰਡ ਫੋਰਥ ਆਨਸਰ ਆਏਗਾ ਆਪਣਾ ਸੀ ਆਪਸ਼ਨ ਆਪਣਾ ਆ ਜਾਏਗਾ ਦੈਨ ਓਕੇ ਅਸੀਂ ਧਿਆਨ ਵਿੱਚ ਰੱਖ ਸਕਦੇ ਹਾਂ ਠੀਕ ਹੈ ਜੀ ਕੋਈ ਵੀ ਫੀਸ ਨਹੀਂ ਪੇ ਕਰਨੀ ਪੈਂਦੀ ਫ੍ਰੀ ਆਫ ਕੋਸਟ ਤੁਹਾਡਾ ਜਿਹੜਾ ਕੇਸ ਲੜਿਆ ਜਾਂਦਾ ਇਸ ਵਿੱਚ ਕੋਈ ਵੀ ਚਾਰਜਸ ਨਹੀਂ ਹੁੰਦੇ ਹੁੰਦੇ ਦੈਨ ਤੇ ਤੁਸੀਂ ਕਹੋਗੇ ਜੇ ਪਾਰਟੀ ਦੇ ਉੱਪਰ ਇਹ ਬਾਈਂਡਿੰਗ ਹੁੰਦਾ ਹੈ ਮੰਨ ਲਓ ਕੋਈ ਪਾਰਟੀ ਨੂੰ ਮਤਲਬ ਅਸੈਪਟ ਨਹੀਂ ਆਇਆ ਤਾਂ ਫਿਰ ਪਤਾ ਕੀ ਹੋਏਗਾ ਇਸ ਦਾ ਵੋਟ ਜਿਹੜਾ ਫੈਸਲਾ ਆਇਆ ਉਸ ਦੇ ਖਿਲਾਫ ਤੁਸੀਂ ਅਪੀਲ ਨਹੀਂ ਕਰ ਸਕਦੇ ਬਟ ਤੁਸੀਂ ਕੋਈ ਨਵਾਂ ਕੇਸ ਪਾ ਕੇ ਜ਼ਰੂਰ ਅਪੀਲ ਕਰ ਸਕਦੇ ਹੋ ਕੋਈ ਨਵਾਂ ਕੇਸ ਪਾ ਕੇ ਕਿਤੇ ਹੋਰ ਹਾਈ ਕੋਰਟ ਜਾਂ ਸੁਪਰੀਮ ਕੋਰਟ ਵਿੱਚ ਅਪੀਲ ਜ਼ਰੂਰ ਕਰ ਸਕਦੇ ਹੋ ਦੈਨ ਓਕੇ ਦੈਨ ਇਹ ਅੱਜ ਦਾ ਜਿਹੜਾ ਲਾਸਟ ਕੁਐਸਚਨ ਹੈ ਇਹ ਮੈਂ ਤੁਹਾਡੇ ਲਈ ਰੱਖ ਕੇ ਜਾ ਰਿਹਾ ਤੁਹਾਡੇ ਲਈ ਹੋਮਵਰਕ ਹੈ ਤੁਸੀਂ ਜ਼ਰੂਰ ਕਰਨਾ ਹੈ ਦੈਨ ਸੋ ਥੈਂਕ ਯੂ ਵੈਰੀ ਮੱਚ ਟੇਕ ਕੇਅਰ